ਕੋਈ ਤੌਰ ਤਰੀਕਾ ਹੁਣ ਵੀ ਵਰਤਿਆ ਜਾਂਦਾ ਹੈ। ਉਹ ਸ਼ੁਰੂ ਕਰਦੇ ਕਾਰਕੁਨ ਜਿਨ੍ਹਾਂ ਨੇ ਸਾਰੀ ਨੇ ਸੇਵਾ ਰੱਖੀ ਉਸ ਸੇਵਾ ਨੂੰ ਨਿਭਾਉਂਦੇ ਹਨ। ਅੱਜ ਤੱਕ ਉਹ ਜਨਤਾ ਤੋਂ ਪ੍ਰਸੰਗ ਚੱਲਿਆ ਆ ਰਿਹਾ ਪਾਤਸ਼ਾਹ ਜੀ, ਇਸ ਵਿਚ ਵੇਖਣ ਦੀ ਲੋੜ ਹੈ ਕਿ ਜੋ ਪੰਥ ਦੀ ਰਚਨਾ ਆਪਾਂ ਸਰਵਣ ਕਰਨ ਲੱਗੇ ਹਾਂ ਜਾਂ ਸਰਵਣ ਕਰਦੇ ਹਾਂ ਰੋ ਰਹੇ, ਉਸ ਵਿਚ ਗੁਰੂ ਸਾਹਿਬ ਨੇ ਕੀ ਵਰਤਾਰਾ ਵਰਤਾ ਹੈ, ਉਹ ਸਿੱਖਾਂ ਨੂੰ ਕੈਸੀ ਸਿੱਖਿਆ ਦਿੱਤੀ ਹੈ, ਗੁਰ ਸਿੱਖ ਉਸ ਨੂੰ ਕਿਵੇਂ ਨਿਭਾਉਂਦੇ ਹਨ। ਇਹ ਬੜੀ ਇਕੱਲੀ ਕਾਲਣਾ ਹੈ ਜੋ ਪੰਥ ਖਾਲਸੇ ਨੇ ਕਾਲ ਨੂੰ ਕੀਤੀ ਹੈ, ਉਹ ਕਾਲਦੇ ਹਨ। ਰੋਜ਼ ਦਾ ਹੀ ਇਹ ਵਿਵਹਾਰ ਹੈ ਜਿਸ ਨੂੰ ਅੱਜ ਕੁਝ ਸੰਗਤਾਂ ਮਿਸਟਰ ਸਿੰਘ ਭੁੱਲ ਗਏ ਹਨ, ਉਨ੍ਹਾਂ ਨੂੰ ਗਿਆਨ ਹੀ ਨਹੀਂ ਰਿਹਾ ਇਸ ਗੱਲ ਦਾ ਕਿ ਪੰਥ ਕੀ ਚੀਜ਼ ਹੈ, ਪੰਥ ਦੀ ਕੀ ਵਿਆਖਿਆ ਹੈ, ਪੰਥ ਦਾ ਕੀ ਸਰੂਪ ਹੈ, ਕੀ ਚੇਲ ਤੱਕ ਰਹਿ ਕੇ ਕਰ ਸਕਾਇਆ ਜਾਂਦਾ। ਉਹ ਸਿਰਫ ਇੰਨਾ ਹੀ ਜਾਣਦੇ ਹਨ ਕਿ ਪੰਥ ਖਾਲਸਾ ਗੁਰੂ ਜੀ ਨੇ ਪੰਥ ਰਚਿਆ ਹੈ, ਉਹਦੇ ਵਿਵਹਾਰ ਦਾ ਨਹੀਂ ਕੋਈ ਪਤਾ। ਉਹ ਖਾਲਸਾ ਜੀ ਜਿੰਨਾ ਚਿਰ ਸਾਰੀ ਇੰਨ ਬਿੰਨ ਗੱਲ ਨਾ ਪਤਾ ਲੱਗੇ, ਉਹਨਾਂ ਚਿਰ ਪੰਥ ਦਾ ਇਹ ਜੋ ਸ਼ਬਦ ਹੈ ਉਹਦੇ ਵਿੱਚ ਨਹੀਂ ਵਸਦਾ, ਉਨ੍ਹਾਂ ਚਿਰ ਸਹਿਜਤਾ ਹੀ ਨਹੀਂ ਹੈ। ਸਾਡੇ ਲੋਕਾਂ ਵਾਂਗੂ ਵੀ ਬਾਹਰਲੇ ਮੁਲਕ ਦੇ ਜੋ ਅੰਗਰੇਜ਼ ਕਹਾਉਂਦੇ ਹਨ ਉਨ੍ਹਾਂ ਦਾ ਇਹੋ ਰੇਤ ਨਹੀਂ, ਉਨ੍ਹਾਂ ਦਾ ਤੌਰ ਤਰੀਕਾ ਦੇਖਿਆ ਹੈ ਕਿ ਉਨ੍ਹਾਂ ਨੇ ਪੜ੍ਹਨਾ ਹੈ ਜਦੋਂ ਉਨ੍ਹਾਂ ਨੂੰ ਕੋਈ ਅੱਖਰ ਦੱਸਦਾ ਹੈ ਨਾ ਤਾਂ ਉਸਨੂੰ ਕੋਈ ਨਿਗਾਰ ਦਿੱਤੀ ਹੈ। ਇਸ ਦਾ ਭਾਵ ਕੀ ਮਤਲਬ ਹੁੰਦੀ ਹੈ, ਜਿੰਨਾ ਚਿਰ ਉਹਦਾ ਪਤਾ ਨਹੀਂ ਲੱਗਦਾ ਉਨ੍ਹਾਂ ਚਿਰ ਅਗਲਾ ਅੱਖਰ ਨਹੀਂ ਪੜ੍ਹਦੇ। ਇਸੇ ਕਰਕੇ ਉਹ ਸਿਆਣੇ ਤੇ ਚੱਲਦੇ ਹਨ, ਉਹ ਅੰਦਰਲੇ ਭਾਵ ਨੂੰ ਲੈਂਦੇ ਹਨ, ਸਾਡੇ ਲੋਕ ਗਿਆਨੀ ਭਲਾਓ ਬਣਾਉਂਦੇ ਹਨ, ਉਹ ਜਿਹਾ ਕਿ ਸਮਾਇਆ ਸੁਣ ਗਿਆ। ਇਸ ਵਾਸਤੇ ਭਾਈ ਸਾਹਿਬ ਦੱਸ ਨੇ ਭਾਈ ਰਤਨ ਸਿੰਘ ਜੀ, ਜਦ ਮੈਂ ਪ੍ਰਸੰਗ ਉਨ੍ਹਾਂ ਨੂੰ ਸੁਣਾਉਂਦਾ ਚੱਲਿਆ ਆ ਰਿਹਾ ਹਾਂ, ਹੁਣ ਉਨ੍ਹਾਂ ਨੇ ਜਦ ਪੰਥ ਦੀ ਗੱਲ ਆਈ ਹੈ ਕਿ ਗੁਰੂ ਜੀ ਨੇ ਪੰਥ ਸਾਧਿਆ ਹੈ, ਪ੍ਰਗਟ ਕੀਤਾ ਹੈ, ਉਸਦੇ ਮਨ ਵਿਚ ਵਿਚਾਰ ਆਈ ਹੈ ਕਿ ਪੰਥ ਕਿਵੇਂ ਬਣਾਇਆ ਗਿਆ। ਜੋ ਤੁਰਕਾਂ ਦਾ ਦੁਸ਼ਮਣ ਹੈ, ਜਿਹਨੂੰ ਤੁਰਕ ਆਪਣਾ ਦੁਸ਼ਮਣ ਵੈਰੀ ਸਮਝਦੇ ਨੇ, ਉਹਨਾਂ ਨੇ ਕਿਵੇਂ ਬਣ ਦਿੱਤਾ, ਜਿਨ੍ਹਾਂ ਕਿਹੜੀਆਂ ਕੋਟਾਂ ਰਸਾਲੇ, ਉਸਨੇ ਕਿਹੜੇ ਕੋਟੇ ਨੇ ਸੂਬੇ, ਉਨ੍ਹਾਂ ਦੇ ਦੇਖਦੇ ਨੇ ਪ੍ਰਗਟ ਹੋ ਗਿਆ। ਉਨ੍ਹਾਂ ਨੇ ਕੋਈ ਉਸ ਮੌਕੇ ਚਾਰਾ ਨਹੀਂ ਕੀਤਾ, ਜਾਂ ਉਪਰਾਲਾ ਨਹੀਂ ਕੀਤਾ। ਇਹ ਮੇਰੇ ਸਾਹਿਬ ਕਹਿੰਦਾ ਹੈ ਕਿ ਭਾਈ ਸਾਹਿਬ ਜੀ ਮੈਨੂੰ ਇਹ ਵਿਸਤਾਰ ਨਾਲ ਦੱਸੋ ਵੀ ਕੀ ਗੱਲ ਹੋਈ, ਇਹ ਪੰਥ ਕਿਵੇਂ ਬਣ ਗਿਆ, ਇਹਦੀ ਖੇਤੀ ਕਿਸ ਤਰ੍ਹਾਂ ਬਣਿਆ। ਉਹ ਸਾਰੀ ਵਿਖਿਆ ਸਾਰੀ ਭਾਈ ਰਤਨ ਸਿੰਘ ਜੀ ਸੁਣਾਉਂਦੇ ਹਨ, ਆਪ ਸਰਵਣ ਕਰੀਏ ਕਿਉਂਕਿ ਸਾਨੂੰ ਬਹੁਤੀ ਜ਼ਰੂਰਤ ਹੈ। ਅਸੀਂ ਇਸ ਪੰਥ ਵਿਚ ਭਰਤੀ ਹਾਂ, ਅਸੀਂ ਇਸ ਪੰਥ ਦੇ ਕਾਰਕੁਨ ਲੱਗੇ ਹੋਏ ਹਾਂ, ਸਾਡੇ ਵਾਸਤੇ ਅਤਿ ਜ਼ਰੂਰੀ ਹੈ, ਅਸੀਂ ਪੰਥਾਂ ਨੂੰ ਪਾਉਂਦੇ ਹਾਂ। ਔਰ ਸਾਰੀ ਸਿੱਖ ਜਿਤਨਾ ਪੰਥ ਵਿਚ ਭਰਤੀ ਹੈ ਉਹਨੂੰ ਸਾਰਿਆਂ ਨੂੰ ਸਿੱਖੀ ਰਿਕਾਰ ਮਿਲਿਆ ਹੈ। ਇਹ ਸਿੱਖ ਪਦ ਬੜਾ ਹੀ ਨਿਰਮਲ ਹੈ, ਬੜਾ ਉੱਤਮ ਪਦ ਹੈ ਜੋ ਗੁਰੂ ਸਾਹਿਬ ਜੀ ਨੇ ਅੱਜ ਦੇ ਕਈ ਹਕਮਰਾਨ ਅੱਜ ਦੇ ਹਾਕਮ ਚਾਕਰ ਸਾਰੇ ਗੱਲ ਮੰਨ ਰਹੇ ਹਨ ਕਿ ਪੰਥ ਖਾਲਸਾ ਜੋ ਹੈ ਗੁਰੂ ਸਾਹਿਬ ਨੇ ਸਾਜਿਆ ਉਹ ਸਾਰਿਆਂ ਧਰਮਾਂ ਦਾ ਨਿਚੋੜ ਹੈ। ਕਿਉਂਕਿ ਪੰਥ ਖਾਲਸੇ ਦੀ ਉਦੋਂ ਸਾਜਣਾ ਹੋਈ ਹੈ ਜਦੋਂ ਸਾਰਿਆਂ ਪੰਥਾਂ ਦਾ ਸਾਰਿਆਂ ਧਰਮਾਂ ਦਾ ਜ਼ੋਰ ਲੱਗ ਚੁੱਕਿਆ ਸੀ। ਅਖੀਰ ਤੇ ਗੱਲ ਆ ਗਈ ਸੀ ਉਦੋਂ ਗੁਰੂ ਸਾਹਿਬ ਨੇ ਪੰਥ ਖਾਲਸੇ ਦੀ ਸਾਜਣਾ ਕੀਤੀ ਹੈ, ਔਰ ਬੜੀ ਸੋਚ ਵਿਚਾਰ ਨਾਲ ਕਿ ਇਹਨਾਂ ਦੇ ਨਾਲ ਕੌਣ ਨਿਕਲ ਸਕਦਾ ਹੈ, ਇਹਨਾਂ ਦੁਸ਼ਟਾਂ ਨੂੰ ਕੌਣ ਉਹਨੂੰ ਸਜ਼ਾ ਦੇ ਸਕਦਾ ਹੈ। ਉਹਦਾ ਜੇਲ ਤੇ ਕਰੂਪ ਰੰਗ ਉਹ ਇੱਕ ਵਿਲੱਖਣ ਹੈ ਜਿਸ ਨੂੰ ਗੁਰੂ ਸਾਹਿਬ ਜੀ ਦੀ ਸਾਜਣਾ ਆਪਾਂ ਮੰਨਦੇ ਪੰਥ ਦੇ ਸਾਜਣਹਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਮਨਗਤੀਆਂ ਇਕਾਗਰ ਕਰਕੇ ਸਰਵਣ ਕਰੋ। ਇਹ ਗੁਰੂ ਖਾਲਸਾ ਪੰਥ ਜਿਹਨੂੰ ਗੁਰੂ ਦਾ ਖਿਤਾਬ ਮਿਲ ਗਿਆ ਹੈ ਉਸਦੀ ਸਾਜਣਾ ਕਿਸ ਤਰ੍ਹਾਂ ਹੋਈ ਹੈ। ਬੜੀ ਸਾਹਿਬ ਕਹਿਣ ਲੱਗੇ ਭਾਈ ਰਤਨ ਸਿੰਘ ਜੀ ਫਿਰ ਫਿਰ ਕਰਕੇ ਕਾਲ ਥੋੜਾ ਥੋੜਾ ਕਰਕੇ ਮੈਨੂੰ ਸਾਰਾ ਪ੍ਰਸੰਗ ਸਮਝਾਓ, ਮੇਰੀ ਬੁੱਧ ਵਿਚ ਬੈਠ ਜਾਵੇ, ਮੇਰੀ ਸਮਝ ਵਿਚ ਆ ਜਾਵੇ ਸਾਰੀ ਗੱਲ, ਕਿਉਂ ਖੋਲ ਖੋਲ ਕੇ ਮੈਨੂੰ ਦੱਸੋ। ਜਿਵੇਂ ਕਿ ਸਿਲਸਿਆ ਹੈ ਸਤਿਗੁਰਾਂ ਨੇ ਜਾਂ ਹੋਰ ਕਿਸੇ ਪਾਸੇ ਸਾਜਿਆ ਹੈ, ਭਾਵ ਕਿਤੇ ਭੋਰੇ ਵਿਚ ਜਾਂ ਕਿਤੇ ਪਹਾੜਾਂ ਵਿਚ ਜਾਣੀ ਲੁਕ ਛਿਪ ਕੇ ਮੈਂ ਆਇਆ ਹੈ, ਇਹ ਮੈਨੂੰ ਸਾਰੀ ਗੱਲ ਵਿਸਤਾਰ ਨਾਲ ਦੱਸਣੀ ਕਰੋ। ਕਿਉਂਕਿ ਮੌਕਾ ਜੋ ਸੁਣਾ ਸੀ ਉਦੋਂ ਤੁਰਕਾਂ ਦੀ ਵੱਡੀ ਪਾਤਸ਼ਾਹੀ ਸੀ,
ਚੱਲੋ ਜੀ ਉਹਨਾਂ ਦਾ ਸਿੱਕਾ ਦਾ ਬਾਦਸ਼ਾਹ ਗੁਰੂਆਂ ਦਾ ਸਿੱਖਾਂ ਦਾ ਹੁੰਦਾ ਸੀਗਾ ਜੋ ਹੁਕਮ ਕਰਦਾ ਸੀ ਸਿਰਫ 22 ਸੂਬਿਆਂ ਦੇ ਵਿੱਚ ਜੋ ਰਾਜ ਫੈਲਿਆ ਹੋਇਆ ਸੀਗਾ ਇਹਨਾਂ ਵਿੱਚ ਅਮਲ ਹੁੰਦਾ ਸੀ ਉਸਦਾ ਔਰ ਨਹੀਂ ਉਸਦੀ ਕਾਰਵਾਈ ਹੁੰਦੀ ਸੀ ਸਮੁੰਦਰ ਜੋ ਹੈ ਜੋ ਸਾਗਰ ਸੱਤ ਸਾਗਰਾਂ ਦੀ ਗਿਣਤੀ ਹੈ ਸੱਤਾਂ ਸਮੁੰਦਰਾਂ ਵਿੱਚ ਉਹਦੇ ਵਿੱਚ ਟਾਪੂ ਬਣੇ ਸਨ ਜੋ ਤੁਰਕਾਂ ਦੇ ਮਤਹਿਤ ਸਨਗੇ ਇਹ ਪੁਰਤਗਾਲ ਆਦਿਕ ਇਹ ਸਾਰੇ ਇਸ ਹਿੰਦੁਸਤਾਨ ਦੇ ਮੁਗਲ ਹੁਕਮਰਾਨਾਂ ਦੇ ਦਰਜ ਸਨਗੇ ਉਹਨਾਂ ਦੀ ਆਗਾਜ ਚੱਲਦੇ ਸਨ ਔਰ ਦੱਖਣ ਤੋਂ ਲੈ ਕੇ ਪੂਰਬ ਤੀਕ ਵਿੱਚ ਸਾਰੇ ਪਹਾੜਾਂ ਦੇ ਉੱਤੇ ਸਾਰੇ ਦਰਜ ਸੀਗਾ ਉਸ ਮੌਕੇ ਜਿਤਨੇ ਵੀ ਹਿੰਦੁਸਤਾਨ ਦੇਸ਼ ਹੈ ਅਤੇ ਟਾਪੂ ਆਦਿਕ ਨੇ ਇਹ ਸਾਰੇ ਹੀ ਰਿਸ਼ਤੇ ਉਸ ਮੌਕੇ ਮੁਗਲਾਂ ਦੇ ਰੀਤ ਸੀ ਭਾਵ ਇਹਨਾਂ ਦੀ ਸਾਰੇ ਹੁਕਮੰਦਰ ਵਸ ਰਹੇ ਸਨ ਇਹ ਗੱਲ ਸੁਣਨ ਵਾਲੀ ਹੈ ਸੋਚਣ ਵਾਲੀ ਹੈ ਭਾਈ ਸਾਹਿਬ ਨੂੰ ਬੜੇ ਸਾਲ ਸਮਝਣ ਕਿ ਦੱਸੋ ਏਡਾ ਵੱਡਾ ਪੰਥ ਜਿਨ੍ਹਾਂ ਨੇ ਤੁਰਕਾਂ ਤੋਂ ਰਾਜ ਖੋਹ ਲਿਆ ਅਗਰ ਆਪਣਾ ਰਾਜ ਸਥਾਪਿਤ ਕਰ ਲਿਆ ਇਹ ਕਿਸ ਤਰ੍ਹਾਂ ਹੋਇਆ ਰਿਜਤ ਆਕੀ ਨਹੀਂ ਹੋ ਸਕਦੀ ਬਾਦਸ਼ਾਹ ਤੋਂ ਕੁਛ ਨਹੀਂ ਕਰ ਸਕਦੀ ਪੰਜਾਬ ਇਹ ਕਿਵੇਂ ਆਕੀ ਹੋ ਗਏ ਖਾਲਸੇ ਇਹਨਾਂ ਦੀ ਫੌਜ ਕਿਤੇ ਹੋਰ ਹਿੰਮਤ ਸੀ ਕਿਹੜੀ ਹੋਈ ਜਾਂ ਕਿਸੇ ਲੜਾਈ ਵਿੱਚ ਕਹੀ ਹੋਈ ਸੀ ਜਾਂ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸਿੰਘ ਪੈਦਾ ਹੋ ਗਏ ਨੇ ਜਾਂ ਪੰਥ ਰਚਿਆ ਜਾ ਰਿਹਾ ਹੈ ਇਹ ਸਾਡੇ ਨਾਲ ਲੜਨਗੇ ਇਹ ਦੱਸਿਆ ਕਰੋ ਹੋ ਸਕਦਾ ਵੀ ਉਦੋਂ ਤੁਰਕਾਂ ਦੇ ਸਰਪਰੋਂ ਵਗੈਰ ਹੀ ਨਹੀਂ ਸੀ ਉਦੋਂ ਸੁਲਹ ਸਫਾਈ ਸੀ ਅਮਨ ਸੀ ਕੀ ਕਾਰਨ ਸੀਗਾ ਮੈਂ ਦੱਸੋ ਵੀ ਇਹਨਾਂ ਦੀ ਉਹ ਸੌਪਿਆ ਉੱਤੇ ਜਦੋਂ ਪੰਥ ਰਚਿਆ ਹੈ ਤੇ ਸਿੰਘਾਂ ਦੀ ਤੇ ਤੁਰਕਾਂ ਦੀ ਸੁਲਹ ਦੀ ਹੋਵੇ ਉਦੋਂ ਇਹਨਾਂ ਨੇ ਪੰਥ ਰਚਿਆ ਹੋਵੇ ਇੱਥੇ ਕੋਈ ਪੰਥ ਦੀ ਗੱਲ ਆਈ ਹੈ ਤੀਸਰਾ ਪੰਥ ਸਾਜਿਆ ਹੈ ਤੀਸਰੀ ਕੌਮ ਨਹੀਂ ਸਾਜੀ ਕਰਾਉਣੀ ਇਹ ਸਾਰਾ ਇਤਿਹਾਸ ਪੜਚੋਲ ਕਰਕੇ ਦੇਖ ਲਓ ਕਿਤੇ ਵੀ ਕੌਮ ਦਾ ਸ਼ਬਦ ਨਹੀਂ ਆਵੇਗਾ ਅੱਜ ਜੋ ਚਰਚਾ ਹੈ ਗੁਆਰਾ ਚੁੱਕ ਪਈ ਹੈ ਕਿ ਇਹ ਜੋ ਜਿਨ੍ਹਾਂ ਨੇ ਕੌਮ ਦਾ ਸ਼ਬਦ ਦੇ ਕੇ ਉਹ ਨੁਕਸਾਨ ਕੀਤਾ ਹੈ ਪੰਜਾਬ ਦਾ ਹਜ਼ਾਰਾਂ ਦੀ ਤਾਦ ਵਿੱਚ ਸਿੱਖ ਜਿਹੜੇ ਨੇ ਉਹ ਮੇਰੇ ਕਸੂਰੇ ਮਾਰੇ ਗਏ ਜਿਹੜਾ ਕਿਸੇ ਗੱਲ ਤੋਂ ਸੱਚਾਈ ਕੋਈ ਨਹੀਂ ਸੀ ਅੱਜ ਦੇ ਹੁਣ ਵਿਦਵਾਨ ਮੈਦਾਨ ਚ ਆਉਣ ਲੱਗੇ ਹਨ ਉਹ ਦੱਸ ਰਹੇ ਨੇ ਕਹਿ ਰਹੇ ਨੇ ਉਹ ਤਰਪਸ਼ਨ ਹੋ ਗਏ ਨੇ ਉਹਨਾਂ ਦੇ ਸਵਾਸ ਦੇ ਖਾਲਸੇ ਦੀ ਸਾਧਨਾ ਹੋਈ ਹੈ ਖਾਲਸੇ ਪੰਥ ਦੀ ਸਾਧਨਾ ਹੋਈ ਹੈ ਜਿਹਦੇ ਚ ਬਹੁਤ ਸਾਰੀਆਂ ਕੌਮਾਂ ਆ ਕੇ ਮਿਲੀਆਂ ਨੇ ਛੋਟੀ ਤੋਂ ਲੈ ਕੇ ਵੱਡੀ ਤੀਕਰ ਸਾਰੀਆਂ ਕੌਮਾਂ ਜਿਹਦੇ ਵਿੱਚ ਸ਼ਾਮਲ ਨੇ ਉਹ ਖਾਲਸਾ ਪੰਥ ਹੈ ਖਾਲਸੇ ਪੰਥ ਦੀ ਰਚਨਾ ਕੀਤੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮੇਰੇ ਸਾਹਿਬ ਕਹਿੰਦਾ ਮੈਨੂੰ ਨਿਰਣਾ ਕਰ ਕਰਕੇ ਦੱਸੋ ਚਾਹੇ ਹੋ ਸਕਦਾ ਵੀ ਤੁਰਕਾਂ ਕੋਈ ਏਡਾ ਸਿਆਣੇ ਨਹੀਂ ਸੀ ਜਿਹਨੂੰ ਪਤਾ ਹੀ ਨਾ ਲੱਗਾ ਵੀ ਕੋਈ ਤੀਸਰਾ ਪੰਥ ਬਣ ਰਿਹਾ ਹੈ ਇਹਨਾਂ ਦਾ ਸਾਡਾ ਵੈਰ ਵਿਰੋਧ ਚੱਲ ਰਿਹਾ ਇਸ ਕਾਰਨ ਉਹਨਾਂ ਨੇ ਸਿੰਘਾਂ ਨੂੰ ਪੈਦਾ ਹੁੰਦਿਆਂ ਨੂੰ ਪਛਾਣ ਨਾ ਸਕੇ ਵੀ ਇਹ ਸਫਾਈ ਪੈਦਾ ਹੋ ਰਹੇ ਨੇ ਬਹੁਤ ਤਰੱਕੀ ਹੋ ਰਹੀ ਹੈ ਕੀ ਕਾਰਨ ਹੋਇਆ ਹੋ ਸਕਦਾ ਵੀ ਪਹਿਲਾਂ ਇਹਨਾਂ ਨੇ ਸਧਾਰਨ ਧਾਰਨ ਕੀਤਾ ਹੋਵੇ ਉਸ ਮੌਕੇ ਪੰਥ ਨੇ ਪਾਤਸ਼ਾਹੀ ਦਾਵਾ ਹੀ ਨਾ ਚੁੱਕਿਆ ਹੋਵੇ ਇਹ ਗੱਲ ਹੀ ਨਾ ਹੋਵੇ ਵੀ ਅਸੀਂ ਰਾਜ ਕਰਨਾ ਹੈ ਖਾਲਸੇ ਦਾ ਤੇ ਸ਼ਬਦ ਰਾਜ ਕਰੇਗਾ ਖਾਲਸਾ ਕੀ ਰਹੇਗਾ ਕੋਈ ਉਹਦੇ ਅੰਦਰ ਸਮੁੰਦਰ ਪ੍ਰਯੰਤਨ ਅਬਚਲ ਰਾਜ ਦੇ ਉਸ ਤੋਂ ਇਹਦਾ ਦਾਵਾ ਕਰਦਾ ਰਿਹਾ ਖਾਲਸਾ ਪੰਥ ਕਈ ਵਾਰ ਤੁਰਕਾਂ ਨੇ ਕਿਹਾ ਤੁਸੀਂ ਵੀ ਲੈ ਲਓ ਤੇ ਰਲ ਮਿਲ ਕੇ ਰਾਜ ਕਰ ਲਈਏ ਸਿੰਘਾਂ ਨੇ ਦਾਵਾ ਕੀਤਾ ਹੋਰ ਸਾਨੂੰ ਸਤਪੁਰਾਂ ਨੇ ਪਾਤਸ਼ਾਹੀਆਂ ਕੱਢੀਆਂ ਸਾਨੂੰ ਅੰਨੇ ਅੰਨੇ ਕਾਠੀ ਕਾਠੀ ਨਾਲ ਰਾਜ ਲਾਇਆ ਅਸੀਂ ਤੁਹਾਡਾ ਦਿੱਤਾ ਲੈਣਾ ਕੋਈ ਸਾਡੇ ਸਤਗੁਰੂ ਦੇਣ ਵਾਲੇ ਹਨ ਅੱਜ ਵਰਗਾ ਖਾਲਸਾ ਨਹੀਂ ਜੋ ਕੁਰਸੀਆਂ ਮੰਗਦਾ ਕਰਦਾ ਵੀ ਕੁਰਸੀ ਬਣਾ ਕੇ ਘਰੇ ਜਾ ਲਓ ਬਹਿ ਜਾਓ ਦਿੱਤੇ ਪਰ ਨਹੀਂ ਇਹਨਾਂ ਉੱਤੇ ਜਿਹੜੀ ਗੁਲਾਮੀ ਦੀ ਕੁਰਸੀ ਜਿਹਦੇ ਉੱਤੇ ਬੈਠ ਕੇ ਦੂਸਰੇ ਦੀ ਮਤਹਿਤ ਹੋਣ ਅੱਜ ਉਸ ਕੁਰਸੀ ਦੀ ਮੰਗ ਕਰਦੇ ਨੇ ਲੋਕ ਇੱਕ ਖਾਲਸੇ ਦੀ ਜੋ ਆਜ਼ਾਦ ਕੁਰਸੀ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਹੈ ਉਹਦਾ ਇਹਨਾਂ ਨੂੰ ਗਿਆਨ ਹੀ ਕੋਈ ਉਸ ਚੀਜ਼ ਦਾ ਪਤਾ ਹੀ ਨਹੀਂ ਵੀ ਸਾਨੂੰ ਗੁਰੂ ਦੇ ਗਏ ਨੇ ਪਾਤਸ਼ਾਹੀਆਂ
ਅਸੀਂ ਕਿਸੇ ਤੋਂ ਕਿਉਂ ਮੰਗੀਏ? ਬਹੁਤ ਅਸਰ ਪਾਸੇ ਬਹੁਤ ਜ਼ਿਆਦਾ ਤੋਂ ਕਿਤੇ ਲੋਕੇ ਪੰਥ ਬਣਾ ਤਾ ਗੁਰੂ ਸਾਹਿਬ ਨੇ ਸਿੱਖੋ ਭਾਈ ਰਤਨ ਸਿੰਘ ਜੀ ਕਹਿੰਦੇ ਜੀ ਮੈਂ ਉੱਤਰ ਦਿੱਤਾ ਮੇਰੇ ਕਿਸਾਨ ਨੂੰ ਸੁਣੋ ਇਸ ਤਰੀਕੇ ਨਾਲ ਉੱਤਰ ਦਿੱਤਾ ਇਹ ਤਾਂ ਜਨਮ ਹੁੰਦੇ ਲੁਕਿਆ ਨਹੀਂ ਕਿਉਂਕਿ ਸੂਆਂ ਜਦੋਂ ਪੈਦਾ ਹੁੰਦੀਆਂ ਨੇ ਭਾਵੇਂ ਕੱਚੀ ਸੂਏ ਹੱਥ ਲਾ ਕੇ ਵੇਖੋ ਉਹ ਫੁੱਟਦੀ ਹੈ ਕਿਉਂਕਿ ਇਹਨਾਂ ਦੇ ਸੂਆਂ ਵਰਗੇ ਮੁੱਖ ਤਿੱਖੇ ਸੀਗੇ ਮੂੰਹ ਐਸਾ ਜੋ ਖਾਲਸਾ ਹੈ ਉਹ ਕਦੋਂ ਲੁਕਿਆਰਾ ਸਕਦਾ ਸੀ ਉਹ ਲੁਕ ਛਿਪ ਕੇ ਕਦੋਂ ਪੈਦਾ ਹੋ ਸਕਦਾ ਸੀ ਦੁਸ਼ਮਣਾਂ ਦਾ ਪੰਥ ਹੋਵੇ ਸ਼ੇਰਾਂ ਦਾ ਉਹ ਲੁਕ ਛਿਪ ਕੇ ਕਦੋਂ ਪੈਦਾ ਹੋ ਸਕਦਾ ਇਹਨਾਂ ਦਾ ਪੰਥ ਕਦੋਂ ਲੁਕੋਇਆ ਜਾ ਸਕਦਾ ਜਿਨ੍ਹਾਂ ਦਾ ਸਰੂਪ ਹੀ ਵਿਲੱਖਣ ਹੈ ਜਿਨ੍ਹਾਂ ਦੀ ਯੂਨੀਫਾਰਮ ਹੀ ਵੱਖਰੀ ਹੈ ਜੇ ਸ਼ਸਤਰਾਂ ਨਾਲ ਲਾਇਆ ਸਕਦਾ ਖਾਲਸਾ ਉਹ ਕਿਵੇਂ ਵੱਖਰਾ ਹੋਰ ਹੋ ਸਕਦਾ ਉਹ ਕਿਵੇਂ ਲੁਕ ਸਕਦਾ ਹੈ ਭਾਈ ਸਾਹਿਬ ਜੀ ਕਹਿੰਦੇ ਮੈਂ ਜੇ ਉੱਤਰ ਦਿੱਤਾ ਉਹਨਾਂ ਨੂੰ ਇਹ ਸਿੰਘਾਂ ਦਾ ਪੰਥ ਸੀ ਤੁਰਕਾਂ ਨਾਲ ਯੁੱਧ ਕਰਨ ਵਾਸਤੇ ਪੈਦਾ ਕੀਤਾ ਇਹ ਤੁਰਕ ਜ਼ੁਲਮ ਕਰਦੇ ਨੇ ਇਹ ਹੋਰ ਕਿਸੇ ਤਰ੍ਹਾਂ ਪਾਇਆ ਨਹੀਂ ਕੋਈ ਸਿਮਰਨ ਕਰਦਾ ਬੰਦਗੀ ਕਰਦਾ ਸੰਗਤ ਮਾਨ ਲਾਈ ਬੈਠੀ ਹੈ ਤੇ ਤੁਰਕਾਂ ਨੇ ਅੱਲਾ ਬੋਲ ਦੇਣਾ ਇਹ ਤੇ ਆਮ ਕਰਕੇ ਲੋਕ ਦੁਨੀਆਂ ਦੇ ਲੋਕ ਕਿਸੇ ਤੀਰਥ ਤੇ ਜਾਂਦੇ ਕੋਈ ਆਪਦਾ ਸ਼ਿਕਾਰ ਪਾਰ ਕਰਕੇ ਜਪ ਤਪ ਕਰਦਾ ਮਾਲਾ ਫੇਰਦਾ ਇਸ ਨੂੰ ਤਲਵਾਰ ਮਾਰ ਕੇ ਹੱਥ ਵੜ ਦਿੰਦਾ ਇਹ ਭਜਨ ਕਿਉਂ ਕਰਦਾ ਹੈ ਇਹ ਸਾਧਾ ਫਕੀਰਾਂ ਉੱਤੇ ਵੀ ਢਿੱਲ ਨਹੀਂ ਸੀ ਕਰਦੇ ਤੇ ਸਿੰਘਾਂ ਉੱਤੇ ਕਿਵੇਂ ਕਰ ਸਕਦੇ ਸਨ ਇਹੋ ਪੈਸਾ ਵੀ ਉੱਤਰ ਦਿੰਦੇ ਨੇ ਸਿੰਘਾਂ ਦਾ ਜਨਮ ਹੀ ਸ਼ਸਤਰਾਂ ਵਿੱਚ ਹੋਇਆ ਇਹ ਤੇ ਗੰਡੇ ਦੀ ਪਹੁੰਚ ਵਿੱਚੋਂ ਪੈਦਾ ਹੋਇਆ ਸਿੰਘਾਂ ਨੂੰ ਪਹੁੰਚ ਹੀ ਗੰਡੇ ਦੀ ਮਿਲੀ ਹੈ ਕਰਤਾ ਜੀ ਉਹ ਗੁਰਤੀ ਦਿੰਦੇ ਨੇ ਜਨਮ ਜਦੋਂ ਹੁੰਦਾ ਬੱਚੇ ਦਾ ਉਦੋਂ ਲੋਕੀ ਗੁੜ ਕਰ ਗਰਮ ਕਰਕੇ ਗੁੜ ਚੜਾਇਆ ਉਹਨੂੰ ਗਰਮ ਕਰਕੇ ਗੁੜਦੀਆਂ ਦਿੰਦੇ ਨੇ ਇਸੇ ਵਾਸਤੇ ਉਹ ਰੌਣਕ ਚੌੜਾ ਜਿਹਾ ਪੈਦਾ ਹੋ ਜਾਂਦਾ ਬੰਦਾ ਤੇ ਜੇ ਉਹਦੀ ਗੁੜਤੀ ਮਿਲੇ ਆਮ ਜਾਓ ਤੁਸੀਂ ਮਰਾਠਾ ਕੌਮ ਚ ਵੇਖਿਆ ਛੱਤਰੀਆਂ ਦੀ ਰਾਜਪੂਤਾਂ ਦੀ ਕੌਮ ਚ ਵੇਖਿਆ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਗੰਜਰ ਦੇ ਉੱਤੇ ਚੜਾ ਕੇ ਪਾਣੀ ਉਹਦੇ ਘਰ ਦੇ ਮੂੰਹ ਚ ਪਾਉਂਦੇ ਨੇ ਕਿਉਂਕਿ ਉਹ ਤਿੱਖੇ ਕਰਦੇ ਔਰ ਉਹ ਬਾਲ ਵਾਲੇ ਹੁੰਦੇ ਨੇ ਮਰਾਠਾ ਕੌਮ ਰਾਜਪੂਤ ਕੌਮ ਸਾਰੇ ਰਾਜਸਥਾਨ ਚ ਮਰਾਠਿਆਂ ਨੇ ਵੇਖਿਆ ਵਿਚਰ ਕੇ ਜਦੋਂ ਬੱਚੇ ਦਾ ਜਨਮ ਆਉਂਦਾ ਉਹਦੇ ਸ਼ਸਤਰ ਪਾਏ ਉਹਨੂੰ ਉਹਦੇ ਮੂੰਹ ਚ ਚੱਲ ਦੀ ਪੂੰਜ ਪਾਉਂਦੇ ਨੇ ਤਾਂ ਕਿ ਤੇਜ ਵਾਲਾ ਹੋਵੇ ਪ੍ਰਤਾਪ ਵਾਲਾ ਹੋਵੇ ਜਿਨ੍ਹਾਂ ਨੇ ਸੀਸ ਤੇ ਦਮਾਲੇ ਚਲਾਉਣੇ ਨੇ ਉੱਤੇ ਕਿਰਪਾਨਾਂ ਕੰਡੇ ਲਾਉਣੇ ਨੇ ਉੱਤੇ ਚੱਕਰ ਸਜਾਉਣੇ ਨੇ ਦੱਸੋ ਐਸੇ ਸਰੂਪ ਵਾਲਾ ਪੰਥ ਲੁਕ ਕੇ ਕਦੋਂ ਹੋ ਸਕਦਾ ਭਾਵੇਂ ਜੀ ਸ਼ੇਰ ਦੇ ਪੰਜੇ ਹੁੰਦੇ ਨੇ ਕਦੋਂ ਲੁਕਦਾ ਸ਼ੇਰ ਚੰਦਰ ਵਿੱਚ ਪੈਦਾ ਹੋਵੇ ਉਹਦੇ ਸੌ ਸੌ ਕੋਹ ਉੱਤੇ ਕਟਾਉਂਦਾ ਚੰਦਰ ਸ਼ੇਰ ਹੈ ਉਹ ਲੁਕੋਇਆ ਕਿਹੜਾ ਰਹਿੰਦਾ ਇਹ ਹੋਰ ਜਾਨਵਰ ਤੇਰੇ ਸ਼ੇਰ ਇੱਕ ਹੈ ਜੇ ਉਹਦੀ ਵਿਲੱਖਣਤਾ ਨਾ ਹੋਵੇ ਤਾਂ ਉਹ ਲੁਕਿਆ ਰਹਿ ਸਕਦਾ ਹੈ ਉਹਦਾ ਪਤਾ ਹੀ ਨਾ ਲੱਗੇ ਕਿਸੇ ਨੂੰ ਪਰ ਨਹੀਂ ਸ਼ੇਰਾਂ ਦਾ ਪੰਥ ਕਦੀ ਨਹੀਂ ਲੁਕਿਆ ਇਹਦਾ ਕਰਕੇ ਤੁਰਤੀ ਹੋ ਜਾਂਦੇ ਨੇ ਪੂਰੇ ਸਤਗੁਰ ਨੇ ਪੰਥ ਦਾ ਇਸ ਤਰ੍ਹਾਂ ਰੱਖਿਆ ਕਿ ਸਤਗੁਰੂ ਪੂਰਾ ਸੀਗਾ ਅਤੇ ਇਸੇ ਤਰ੍ਹਾਂ ਹੀ ਪੂਰਾ ਸੂਰਾ ਕਰਤਾ ਪੰਥ ਰੱਖਿਆ ਕਾਤਰ ਕਰਨ ਜ਼ਰੂਰੀ ਜ਼ਰੂਰੀ ਯੁੱਧ ਵਾਸਤੇ ਕਾਸੇ ਦੀ ਰਚਨਾ ਹੋਈ ਹੈ ਮਹਾਰਾਜ ਸੱਚੇ ਕਾਤਿਆਂ ਨੂੰ ਉਹ ਜਗ੍ਹਾ ਭੇਜਦੇ ਸਨ ਅਸੀਂ ਕਾਬਲ ਤੋਂ ਆਏ ਹਾਂ ਜੀ ਕੰਧਾਰ ਤੋਂ ਆਏ ਹਾਂ ਗਜਨੀ ਤੋਂ ਆਏ ਹਾਂ ਮਹਾਰਾਜ ਸਾਡੇ ਲਈ ਭੇਜ ਲਿਆ ਸਾਂ ਸੰਬੰਧ ਲਿਆ ਸਾਂ ਰਾਜ ਤੁਰਕਾਂ ਖੋਲਿਆ ਕਸੂਰੀਆਂ ਖੋਲਿਆ ਲਾਹੌਰੀਆਂ ਖੋਲਿਆ ਪਿਜੌਰੀਆਂ ਖੋਲਿਆ ਇਹ ਮਹਾਰਾਜ ਕਿਵੇਂ ਕਰੀਏ ਤੇ ਮਹਾਰਾਜ ਇਹ ਕਰਦੇ ਤੁਹਾਡੇ ਕੋਈ ਸ਼ਸਤਰ ਹੈ ਨਹੀਂ ਸੀ ਉਹ ਮਹਾਰਾਜ ਜੀ ਸ਼ਸਤਰ ਹੁੰਦੇ ਤਾਂ ਵੀ ਅਸੀਂ ਕੀ ਕਰਦੇ ਉਹ ਮਹਾਰਾਜ ਉਹ ਵਿਪਤ ਦੇ ਸ਼ੇਰਾ ਮਗਿਆੜਾ ਵਰਗੇ ਸੀਗੇ ਉਹ ਤਾਂ ਸਾਨੂੰ ਪੈ ਗਏ ਮਹਾਰਾਜ ਅਸੀਂ ਕੀ ਕਰ ਸਕਦੇ ਸਾਂ ਰੋਜ਼ ਇਸ ਤਰ੍ਹਾਂ ਦੇ ਸਾਕੇ ਵਰਤਦੇ ਸਨ ਸਤਿਗੁਰੂ ਵਿਚਾਰ ਦੇ ਰਹੇ ਦੇ ਸਨ ਇਹ ਸਿੱਖਾਂ ਦੇ ਵਿੱਚ ਬੜੀ ਭਾਰੀ ਕਮਜ਼ੋਰੀ ਹੈ ਇਹ ਦੂਰ ਕਰਨੀ ਚਾਹੀਦੀ ਹੈ ਸਤਿਗੁਰੂ ਆਪਣੀ ਵਿਚਾਰਧਾਰਾ ਵਿੱਚ ਰੱਖਦੇ ਸੀ ਉਸ ਗੱਲ ਨੂੰ ਪਾਤਸ਼ਾਹੀ ਕਰਦੇ ਸ਼੍ਰੇਣੀਆਂ ਲੈ ਕੇ ਤੇ ਜਿਨ੍ਹਾਂ ਚਿਰ ਯੁੱਧ ਨਹੀਂ ਕਰਦੇ ਸਿੰਘ ਤਾਂ ਵਿਚਾਰ ਰੱਖਦੇ ਸਨ ਵੀ ਯੁੱਧ ਕੀਤਿਆਂ ਬੜਾ ਕਦੋਂ ਪਾਤਸ਼ਾਹੀ ਮਿਲੀ ਸਾਨੂੰ
ਆਪ ਜੀ ਤਹਿਮਤ ਗੁਰੂ ਉਠਾਈ, ਆਪ ਤੋਂ ਲੈ ਕੇ ਯੁੱਧ ਦੀ ਵਿਧੀ ਸੰਤਰਾਂ ਨੇ ਇਹ ਉਠਾਈ, ਪਾਲਕਾਰ ਦੇ ਵਿੱਚ ਲਿਆਂਦੀ ਔਰ ਇਹਨਾਂ ਨੂੰ ਕਿਹਾ ਸਮਝਾਇਆ ਇਹ ਖਾਲਸਾ ਜੀ ਧਰਮਗਲ ਤੋਂ ਜਿਉਣਾ ਹੈ, ਜਿੱਥੇ ਆਪਾਂ ਵਸਣਾ ਉੱਥੇ ਉਸਨੂੰ ਆਜ਼ਾਦ ਰੱਖਣਾ ਹੈ, ਵਿਆਰੀਆਂ ਦੀ ਮਤਹਿਤ ਨਹੀਂ ਰਹਿਣਾ। ਇਹ ਉਹ ਕਹਿੰਦਾ ਜੀਵਨ ਹੈ ਗੀਤਾਂ ਵਾਲਾ, ਉਹਨੇ ਜੀਵਨ ਜੀਵਣਾ। ਇਸੇ ਵਾਸਤੇ ਮਹਾਰਾਜ ਨੇ ਮਹਾਂਭਾਰਤ ਕ੍ਰਿਸ਼ਨ ਅਵਤਾਰ ਵਰਗੇ ਬੜੇ ਬੜੇ ਸਰਬਲੋ ਜੀ ਦਾ ਕਿੱਡਾ ਵੱਡਾ ਪਰਬ ਹੋ ਗਿਆ ਹੈ, ਕਿੱਡਾ ਵੱਡਾ ਪ੍ਰਸੰਗ ਦਾ ਕਾਰਨ ਹੈ। ਸਰਗੁਰਾਂ ਨੇ ਸਿੱਖਿਆ ਦਿੱਤੀ ਆਪਣੇ ਗੁਰਸਿੱਖਾਂ ਨੂੰ, ਦੇਖੋ ਫਲਾਣੇ ਯੋਧੇ ਨੇ ਫਲਾਣੇ ਸੂਰਮੇ ਨੇ ਹੈ ਯੁੱਧ ਕਰਕੇ ਦਿਖਾਇਆ, ਵੱਖਰਾ ਯੁੱਧ ਕੀਤਾ, ਫਿਰ ਨੂੰ ਕੀ ਪਹਿਲਾ ਪ੍ਰਾਪਤੀ ਹੋਇਆ, ਉਹ ਸੁਰਗਾਂ ਦਾ ਰਾਜ ਮਿਲਿਆ, ਉਹ ਜਿੱਥੇ ਉਹਦੀ ਇੱਛਾ ਉੱਥੇ ਉਹਨੂੰ ਰਾਜ ਮਿਲਿਆ, ਉਹਦਾ ਸਤਿਕਾਰ ਹੋਇਆ, ਸਭ ਨੇ ਉਹਦਾ ਧੰਨਵਾਦ ਕੀਤਾ। ਐਸੇ ਸੰਸਾਰ ਤੇ ਵੀ ਜਿਨ੍ਹਾਂ ਦੀ ਖਾਤਰ ਲੜਦੇ ਹਨ ਸੂਰਮੇ ਅਤੇ ਦਰਗਾਹ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਇਹ ਤਾਂ ਮਹਾਰਾਜਾ ਆਪ ਤੋਂ ਲੈ ਕੇ ਵਿਧੀ ਰਚੀ ਸੀ ਕਿ ਸਿੰਘਾਂ ਨੂੰ ਯੁੱਧ ਕਰਾਉਣਾ ਹੈ, ਇਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਦਿੱਤਾ ਸੀ, ਖਾਲਸਾ ਜੀ ਸ਼ਬਦ ਹੈ, ਇਸ ਦੇ ਪ੍ਰਚਾਰੇ ਨਿਰਣਾ ਹੋਇਆ ਹੈ ਕਿ ਖਾਲਸਾ ਜੋ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਦਾਸੀ ਕੀਤੀ ਹੈ ਨਾ ਤੇ ਸੱਚਖੰਡ ਤੀਕਰ ਗਏ ਨੇ ਮਹਾਰਾਜ, ਸੱਚਖੰਡ ਤੋਂ ਵਾਪਸ ਕਰੇ ਬੰਬੇ ਦੇ ਇਲਾਕੇ ਵਿੱਚ, ਇਹ ਏਰੀਆ ਉਦੋਂ ਸੁਣਨਾ ਚੰਗ ਰਾਤ ਪਿਆ ਸੀਗਾ। ਇੱਥੇ ਜਦੋਂ ਸਤਿਗੁਰੂ ਆਏ ਨੇ ਤੇ ਸ਼ੇਰ ਹੀ ਸ਼ੇਰ ਦਿਸੇ ਕੰਨ ਵਿੱਚ, ਹੋਰ ਕੋਈ ਚੀਜ਼ ਨਹੀਂ, ਅਤੇ ਸਤਿਗੁਰੂ ਉੱਤੇ ਹਨ, ਇਹਨਾਂ ਨੂੰ ਆ ਕੇ ਸ਼ੇਰ ਤਿਆਰ ਛੂਰੇ ਆ ਕੇ ਬੈਠ ਕੇ ਦਰਸ਼ਨ ਕੀਤੇ, ਉਹਨਾਂ ਦੇ ਮਨ ਸ਼ਾਂਤ ਹੋਏ, ਕਿਉਂਕਿ ਸਤਿਪੁਰਖ ਤੇ ਨਿਸ਼ਾਨੀਆਂ ਹੀ ਇਹ ਹਨ, ਜਦੋਂ ਕਿਸੇ ਮਹਾਤਮਾ ਭੇਜਦੇ ਪੂਰੇ ਸੂਰੇ ਦੇ ਗੇ ਦਰਸ਼ਨ ਕਰੀਏ, ਮਨ ਨੂੰ ਉਤਸ਼ਾਹ ਹੋਵੇ ਤੇ ਸ਼ਾਂਤੀ ਆਵੇ, ਜਾਣੋ ਤੁਸੀਂ ਕਿ ਸੰਤ ਪੂਰਾ ਹੈ ਜਾਂ ਪੁਸ਼ਕਲਾ ਹੈ। ਇਹ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਭਰੋਸੇ ਵਾਲਾ, ਸਿਦਕ ਵਾਲਾ ਹੈ, ਇਹ ਪਛਾਣ ਹੈ, ਉਸ ਤਰ੍ਹਾਂ ਦੀ ਕੋਈ ਵੇਖਿਆ ਨਹੀਂ ਜਾ ਸਕਦਾ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖ ਕੇ ਇਹ ਸ਼ਾਂਤ ਹੋ ਗਏ, ਇਹਨਾਂ ਮਨ ਚ ਜੋ ਕ੍ਰੋਧ ਸੀ ਉਹ ਹਟ ਗਿਆ ਤੇ ਇਹਨਾਂ ਨੂੰ ਬੋਲਣ ਦੀ ਸ਼ਕਤੀ ਮਿਲੀ। ਕਿਰਨ ਕਿਹਾ ਮਹਾਰਾਜ ਕਿਰਪਾ ਕਰੋ, ਅਸੀਂ ਬੜੇ ਦੁਖੀ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣਗੇ ਕੀ ਦੁੱਖ ਹੈ ਤੁਹਾਨੂੰ, ਕਹਿੰਦੇ ਦੇਖ ਲਓ ਜੀ ਅਸੀਂ ਸ਼ੇਰ ਹੀ ਸ਼ੇਰ ਅਸਥਾਨ ਵਿੱਚ, ਕੋਈ ਜਾਨਵਰ ਨਹੀਂ ਹੈ, ਕਿਉਂਕਿ ਅਸੀਂ ਆਪਦੀ ਪੇਟ ਪੂਜਾ ਕਰਨ ਵਾਸਤੇ ਸਭ ਨੂੰ ਖਾ ਲਿਆ, ਕੋਈ ਨਗਰੀ ਕੋਲ ਪਸਤੀ ਨਹੀਂ ਹੈ, ਇੱਥੇ ਅਸੀਂ ਸਭ ਨਗਰੀਆਂ ਖਾ ਗਏ ਹਾਂ, ਚੁੱਪ ਚੁੱਕੇ ਤੇ ਉਹ ਕੋਈ ਨੇੜੇ ਤੇੜੇ ਨਹੀਂ, ਲੋਕ ਦੂਰ ਦੂਰ ਕਿਲੇ ਕੋਟ ਬਣਾ ਕੇ ਵਸਦੇ ਨੇ, ਜਦ ਅਸੀਂ ਭੁੱਖਦੇ ਦੁੱਖ ਤੋਂ ਹਮਲਾ ਕਰਦੇ ਹਾਂ ਸਾਨੂੰ ਤੋਪਾਂ ਨਾਲ ਮਾਰਦੇ ਹਾਂ, ਪਿੱਛੇ ਹਟਾ ਦਿੰਦੇ ਨੇ, ਇਸ ਵਾਸਤੇ ਸਾਡਾ ਦੁੱਖ ਦੂਰ ਕਰੋ। ਮਹਾਰਾਜ ਕੇ ਕੀ ਖਾਂਦੇ ਹੋ ਤੁਸੀਂ ਇੱਥੇ, ਕਹਿੰਦੇ ਮੈਂ ਜਿਹੜਾ ਅੱਗੇ ਡਿੱਗ ਪਏ ਉਹਨੂੰ ਅਸੀਂ ਪਾੜ ਕੇ ਖਾ ਦਿੰਦੇ, ਜਿਹੜਾ ਜਾਗਦਾ ਰਹੇ ਬਸ ਉਹ ਫਸਿਆ ਰਹੇ, ਇਹੋ ਸਾਡਾ ਗੁਜ਼ਾਰਾ ਹੋ ਰਿਹਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਕੀਤੀ, ਮਿਹਰ ਕੀਤੀ, ਕਹਿਣਗੇ ਚੰਗਾ ਇਹ ਕਰੋ, ਅਸੀਂ ਜਦੋਂ ਦਸਵਾਂ ਜਾਮਾ ਉਤਾਰਾਂਗੇ ਨਾ ਅਨੰਦਪੁਰ ਸਾਹਿਬ ਵਿੱਚ ਬੈਠ ਕੇ ਅਸੀਂ ਅਸੀਂ ਕਾਲਸੇ ਦਾ ਪੱਖ ਸਜਾਵਾਂਗੇ ਤੇ ਤੁਸੀਂ ਜਾਓ ਮਨੁੱਖਾਂ ਦੇ ਘਰ ਜਨਮ ਲਵੋ, ਉਦੋਂ ਤੁਸੀਂ ਆਇਆ ਸਾਨੂੰ ਜੀਵਨ ਮੁਕਤ ਕਰ ਦਿਆਂਗੇ, ਦੁੱਖ ਦੁੱਖ ਤੋਂ ਦੂਰ ਕਰ ਦਿਆਂਗੇ। ਇਹ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੋਇਆ ਹੈ ਤੇ ਜਨਮੀ ਜੋ ਜਦੋਂ ਆਏ ਨੇ ਜਨਮਨ ਉਤਰੇ ਨੇ ਉਸ ਟਾਈਮ ਸਤਯੁਗ ਦਾ ਟਾਈਮ ਸੀ, ਇਹ ਸਰੋਵਰ ਦੇ ਗੁਰਦੁਆਰਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਸਿਖਾਇਆ ਕਿ ਕੱਟ ਕੇ ਜਦੋਂ ਕਿ ਚਰਨ ਪਾਏ ਮਹਾਰਾਜ ਨੇ, ਇਹ ਸਥਾਨ ਜੋ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਕੱਟ ਕੇ ਦਿਖਾਇਆ, ਥੱਲੇ ਮੱਠ ਨਿਕਲਿਆ, ਉਹ ਮੱਠ ਨਿਕਲਿਆ ਤੇ ਕਹਿਣ ਲੱਗੇ ਮਾਰ ਕੰਡਾ ਰਿਸ਼ੀ ਤੇ ਮੈਂ ਉਦੋਂ ਸਮੁੰਦਰੀ ਸੀ ਸਾਂ, ਅਸੀਂ ਦੋਵੇਂ ਫਿਰ ਤਪ ਕਰਿਆ ਕਰਦੇ ਸਾਂ, ਕੁਦਰਤ ਨਾਲ ਘਾਲ ਪੈ ਗਿਆ ਸਲਾਕੇ ਵਿੱਚ, ਅਸੀਂ ਛੱਡ ਕੇ ਹੇਮਕੁੰਡ ਚਲੇ ਗਏ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਫਨਾ ਕੀਤਾ ਹੈ। ਸੋ ਖਾਲਸਾ ਜੀ ਜਦੋਂ ਯੁੱਧ ਹੋਇਆ ਨਾ ਉਦੋਂ ਦੇਵਤਿਆਂ ਦੀ ਪਕਾਰ ਉੱਤੇ, ਮਨੁੱਖਾਂ ਦੀ ਪਕਾਰ ਉੱਤੇ ਰਾਸ਼ਟਰ ਬੜੇ ਦੁਸ਼ਟ ਪੈਦਾ ਹੋ ਗਏ ਨੇ, ਇਹਨਾਂ ਦੀ ਸੁਣਵਾਈ ਕਰੋ। ਪਰਮੇਸ਼ਰ ਨੇ ਆਪਣੀ ਸ਼ਕਤੀ ਨੂੰ ਭੇਜਿਆ, ਜਿਹਨੂੰ ਚੰਡਕਾ ਕਹਿੰਦੇ ਹਨ, ਦੁਰਗਾ ਕਹਿੰਦੇ ਹਨ, ਕਾਲਕਾਲ ਕਹਿੰਦੇ ਹਨ, ਉਹ ਆਦਿ ਸ਼ਕਤੀ ਨੂੰ ਭੇਜਣਾ ਕੀਤਾ, ਜੋ ਪਰਮੇਸ਼ਰ ਦੇ ਦਰ ਅੱਗੇ ਖੜੀ ਹੈ ਉਸ ਨੂੰ ਭੇਜਣਾ ਕੀਤਾ, ਜਾਓ ਇਹਨਾਂ ਦੀ ਸਹਾਇਤਾ ਕਰੋ। ਯੁੱਧ ਵਿਚ ਰਾਸ਼ ਪ੍ਰਗਟ ਹੋਏ, ਰਕਤ ਬੀਜ ਵਰਗੇ, ਸਵਾਸ ਬੀਜ ਵਰਗੇ ਜਿਹੜੇ ਸਵਾਸ ਲੈਂਦੇ ਸਨ ਤੇ ਫੌਜਾਂ ਦੀਆਂ ਫੌਜਾਂ ਖੜੀਆਂ ਹੁੰਦੀਆਂ,
ਉਹਨਾਂ ਨੇ ਜ਼ੋਰ ਪਾ ਲਿਆ ਰਾਖਸ਼ਾਂ ਨੇ, ਜਦ ਕਰਕੇ ਉਹਦੇ ਵਿੱਚ ਛੱਡ ਕੇ ਇੱਥੋਂ ਨਿਕਲਣਾ ਪਿਆ। ਇਹ ਹੇਮਕੁੰਡ ਪਰਬਤ ਜਿੱਥੇ ਮਾਰਕੰਡਾ ਸਮੁੰਦਰੀ ਜੀ ਜੀ ਉੱਥੇ ਰਹਿੰਦੇ ਸਨ, ਇਹ ਰਿਸ਼ੀਆਂ ਲੋਕਾਂ ਦੇ ਵਿਦਿਆਲੇ ਹੁੰਦੇ ਸਨ, ਇਹ ਲੋਕਾਂ ਨੂੰ ਸੰਸਾਰੀਆਂ ਨੂੰ ਵਿਦਿਆ ਪੜ੍ਹਾਇਆ ਕਰਦੇ ਸਨ। ਇਸ ਕਰਕੇ ਜਦ ਸੰਤ ਬਣਦੇ ਲੋਕ ਉਹ ਵੀ ਇਹਨਾਂ ਦੇ ਜਾ ਕੇ ਡੇਰਿਆਂ ਤੇ ਟਿਕਾਣਿਆਂ ਤੇ ਜਾ ਕੇ ਸੰਤ ਬਣਦੇ, ਇਹ ਸਿੱਖਿਆ ਦਿੰਦੇ ਲੋਕਾਂ ਨੂੰ, ਗ੍ਰਿਸ਼ਤੀ ਵੀ ਇਹ ਸੰਤ ਮਹਾਤਮਾ ਵੀ ਦੋਵੇਂ ਇਹ ਪੜ੍ਹਿਆ ਕਰਦੇ ਸੀ, ਵਿਦਿਆ ਪ੍ਰਾਪਤ ਕਰਦੇ ਸੀ। ਇਹ ਕਰਕੇ ਇਹਨਾਂ ਦਾ ਡੇਰਾ ਉੱਥੇ ਸੀ, ਉੱਥੇ ਜੋ ਆਪ ਸ਼ਕਤੀ ਸੀ ਉੱਥੇ ਜਾ ਕੇ ਲੋਕ ਹੋ ਗਈ। ਰਾਖਸ਼ ਮਗਰ ਪਾੜ ਲੈ ਕੇ ਗਏ ਵੀ ਇਧਰੋਂ ਚੜੀ ਹੈ ਚੰਡਕਾ, ਉੱਥੇ ਜਾ ਕੇ ਰਿਸ਼ੀ ਵੇਖੇ ਤੇ ਪੁੱਛਣਾ ਕੀਤਾ ਕਿ ਇੱਥੇ ਕੋਈ ਔਰਤ ਨਹੀਂ ਆਈ, ਉਹਨੇ ਕਿਹਾ ਤੁਸੀਂ ਜ਼ਬਾਨ ਸੰਭਾਲੋ, ਉਹਦਾ ਪਰਮੇਸ਼ਵਰ ਦੀ ਆਪ ਸ਼ਕਤੀ ਸੀ, ਤੁਸੀਂ ਮਗਰ ਕੀ ਲੈ ਆਇਓ, ਅੱਗੇ ਅਸੀਂ ਤਾਂ ਉਹਨੂੰ ਫੜਨਾ ਹੈ ਮਾਰਨਾ ਹੈ। ਉਹ ਤੁਸੀਂ ਜਾਓ ਚਲੇ ਜਾਓ ਇੱਥੋਂ, ਉਹਨਾਂ ਕਿਹਾ ਵੀ ਪੱਕੀ ਹਨ ਉਹਦੇ, ਇਹ ਪੱਕ ਕਰਦੇ ਨੇ, ਇਹਨਾਂ ਨੂੰ ਫੜੋ ਰਿਸ਼ੀਆਂ ਨੂੰ। ਉਸ ਟਾਈਮ ਸਮੁੰਦਰ ਸ਼ੀ ਉੱਠੇ ਹਨ, ਉੱਠ ਕੇ ਉਹਨਾਂ ਨੇ ਆਪਾਂ ਮਿਰਗਸ਼ਾਲਾ ਚਾੜੀ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੀ ਸਹਾਇਤਾ ਕਰੋ, ਅਸੀਂ ਤਾਂ ਮਾਂ ਪੇ ਵੀ ਜਾਣਦੇ ਹਾਂ। ਅਕਾਲ ਪੁਰਖ ਦੀ ਜੋਤ ਵਿੱਚੋਂ ਜੋਤ ਆਈ ਦਸਵੀਂ ਜੋਤ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਸਮਨ ਨਾਮ ਧਰਕੇ ਆਏ ਨੇ, ਧਰਕ ਵਿੱਚ ਆਪਣਾ ਬਾਣ ਰੱਖਿਆ ਹੋਇਆ, ਕਹਿੰਦੇ ਦੱਸੋ ਪਿਤਾ ਜੀ ਕੀ ਹੁਕਮ ਹੈ, ਕਹਿੰਦੇ ਮਾਰੋ ਇਹਨਾਂ ਦੁਸ਼ਟਾਂ ਨੂੰ, ਬਾਣ ਮਾਰ ਮਾਰ ਕੇ ਖੰਡ ਖੰਡ ਕਰ ਦਿੱਤੇ ਸੁਖਸਮਨ ਜੀ ਨੇ। ਜਦੋਂ ਇਸ ਤੋਂ ਸਾਰੇ ਰਾਖਸ਼ ਮਾਰ ਦਿੱਤੇ ਤਾਂ ਜੋ ਰੋਮ ਗਿਰੇ ਸਨ ਉਹ ਰੋਮਾਂ ਤੋਂ ਸ਼ੇਰ ਪੈਦਾ ਹੋ ਗਿਆ, ਉਹਨਾਂ ਸਾਰਿਆਂ ਸ਼ੇਰਾਂ ਨੇ ਇਹਨਾਂ ਨੂੰ ਖਾ ਲਿਆ ਰਾਖਸ਼ਾਂ ਨੂੰ। ਯੁੱਧ ਦੀ ਸਮਾਪਤੀ ਹੋਈ ਤਾਂ ਉਸ ਮੌਕੇ ਰਿਸ਼ੀਆਂ ਪੁੱਛਿਆ, ਦੱਸੋ ਰਿਸ਼ੀ ਜੀ ਪਿਤਾ ਜੀ ਹੁਣ ਅਸੀਂ ਕੀ ਕਰੀਏ, ਕਿਸਦਾ ਪਿਤਾ ਸ਼ਬਦ ਮੁੱਖੋਂ ਨਿਕਲਿਆ ਉਸ ਨੂੰ ਪੂਰਾ ਕਰਨਾ ਸੀਗਾ। ਤੇ ਇਹਨਾਂ ਨੇ ਕਿਹਾ ਕਰੋ ਗੁਰੂ ਨਾਨਕ ਸਾਹਿਬ ਕਲਯੁਗ ਵਿੱਚ ਪੈਦਾ ਹੋਣਗੇ, ਪਰਮੇਸ਼ਰ ਆਪ ਆਉਣਗੇ, ਉਹ ਆ ਕੇ ਇੱਕ ਪੰਥ ਦੀ ਰਚਨਾ ਕਰਨਗੇ। ਉਸ ਟਾਈਮ ਉਹਨਾਂ ਨੇ 10 ਜੋਤਾਂ ਧਾਰਨੀ ਕਰਨੀਆਂ, 10 ਰੂਪ ਧਾਰਨ ਕਰਨੇ ਨੇ, ਕਹਿਣਗੇ ਨੌਵੀਂ ਜਗ੍ਹਾ ਮੇਰੇ ਵਿੱਚ ਸਮੁੰਦਰ ਸ਼ੀਜ ਕਹਿਣਗੇ ਮੇਰੇ ਵਿੱਚ ਪ੍ਰਕਾਸ਼ ਹੋਣੀ ਹੈ ਤੇ 10ਵੀਂ ਜਗ੍ਹਾ ਤੇਰੇ ਵਿੱਚ ਪ੍ਰਕਾਸ਼ ਹੋਣੀ। ਇਸ ਵਾਸਤੇ ਤਰਕਾਲ ਦਰਸ਼ੀ ਸਾਰੇ ਰਿਸ਼ੀ ਲੋਕ ਤੁਸੀਂ ਉਹਨਾਂ ਤੇ ਤਪ ਕਰੋ। ਉਸ ਸਾਹਿਬਾਨ ਹੁਕਮ ਹੋ ਗਿਆ, ਔਰ ਜੋ ਸ਼ੇਰ ਚੰਗੇ ਨਾ ਕਿ ਸਾਨੂੰ ਕੀ ਹੁਕਮ ਹੈ, ਕਹਿਣਗੇ ਤੁਸੀਂ ਇਉਂ ਕਰੋ ਹੁਣ ਤੁਸੀਂ ਹੁਣ ਸਰੀਰ ਤਿਆਗ ਦਿਓ, ਮਨੁੱਖਾਂ ਦੇ ਘਰ ਜਨਮ ਲਵੋ। ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਵਚਨ ਸੀਗਾ, ਅਸੀਂ 10ਵੇਂ ਜਾਮੇ ਗਏ ਤੁਹਾਨੂੰ ਅਸੀਂ ਭਰਤੀ ਕਰਕੇ ਸਿੰਘ ਸਜਾਵਾਂਗੇ, ਫਿਰ ਤੁਹਾਨੂੰ ਸਰਯੁੱਧ ਲੜਾਵਾਂਗੇ ਤੇ ਉਦੋਂ ਤੁਹਾਨੂੰ ਜੀਵਨ ਕਰ ਦਿਆਂਗੇ। ਇਹ ਆਦ ਮਹਾਰਾਜ ਦੇ ਫਸਲ ਪਾਤਸ਼ਾਹ ਜੀ ਦਾ ਸ਼ਬਦ ਸੀਗਾ, ਬਚਨ ਸੀ ਇਹਨਾਂ ਨਾਲ। ਇਸ ਕਰਕੇ ਗੱਲ ਤਾਂ ਜੀ ਹੁਣ ਤਾਂ ਲੋਕ ਕੋਈ ਕਹਿੰਦਾ ਹੈ ਕਿ ਅਰਬੀ ਦਾ ਲਫ਼ਜ਼ ਹੈ, ਕੋਈ ਫਾਰਸੀ ਦਾ ਲਫ਼ਜ਼ ਹੈ, ਇਹਨਾਂ ਕੋਈ ਕੀਤਾ ਨੀ ਕਿਸੇ ਨੇ, ਪਰ ਉਹ ਖਲ ਤੋਂ ਪਹਿਲਾਂ ਹੋਇਆ ਕਰਕੇ ਇਸ ਨੂੰ ਖਾਲਸਾ ਕਿਹਾ ਜਾਂਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮੇ ਮਿਲਦੇ ਨੇ, ਉਹਨਾਂ ਨੇ ਲਿਖਿਆ ਕਿ ਬਨਾਰਸ ਦੀ ਪੰਥ ਮੇਰਾ ਖਾਲਸਾ, ਜਿੱਥੇ ਜਿੱਥੇ ਉਤਰੇ ਸਨ ਸ਼ੇਰ ਆ ਕੇ ਮਨੁੱਖਾਂ ਦੇ ਘਰਾਂ ਜਨਮ ਲਏ ਸਨ, ਚੋਲੇ ਦੀ ਸੰਗਤ ਮੇਰਾ ਖਾਲਸਾ ਹੈ, ਸਿਫਾਰਿਸ਼ ਕੀਤੀ ਹੈ ਸਤਿਗੁਰਾਂ ਨੇ, ਕੋਈ ਵਸਤੂ ਸਿੱਖਾਂ ਤੋਂ ਮੰਗਾਈ ਹੈ ਉਹਦੇ ਪ੍ਰਕਾਰ ਹੁਕਮਨਾਮੇ ਦਿੱਤੇ, ਉੱਥੋਂ ਖਾਲਸਾ ਸ਼ਬਦ ਦਾ ਪਤਾ ਲੱਗਦਾ ਹੈ ਕਿ ਖਲ ਵਿੱਚੋਂ ਪੈਦਾ ਹੋਇਆ, ਸ਼ੇਰ ਦੀ ਖਲ ਵਿੱਚੋਂ ਪੈਦਾ ਹੋਣ ਕਰਕੇ ਖਾਲਸਾ ਹੋਇਆ, ਇਹ ਉਹਨਾਂ ਦਾ ਪੰਥ ਹੈ ਸ਼ੇਰਾਂ ਦਾ। ਸੋ ਇਹ ਭਾਈ ਸਾਹਿਬ ਜੀ ਨੂੰ ਜਦ ਮਰੇ ਸਾਹਿਬ ਨੇ ਕਿਹਾ ਤੋਰ ਤੋਰ ਕੇ ਦੱਸੋ ਮੈਨੂੰ ਇਹ ਖਾਲਸਾ ਪੰਥ ਕਿਵੇਂ ਹੋਇਆ ਹੈ, ਖਾਲਸੇ ਪੰਥ ਦੀ ਉਤਪਤੀ ਕਿਵੇਂ ਹੈ। ਇਸ ਤਰ੍ਹਾਂ ਕਰਦਾ ਜੀ ਜੋ ਟੁੱਲ ਗਏ ਤੇ ਵਿੱਚ ਭੇਦ ਨਿਕਲ ਪੈਂਦੇ ਹਨ, ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਅੰਤ ਨਹੀਂ ਆਉਂਦਾ। ਜਿਵੇਂ ਕਿਸੇ ਵਿਦਵਾਨ ਨੇ ਕਿਹਾ ਨਾ, ਗੁਰੂ ਨਾਨਕ ਘਰ ਕੀ ਪਾਸ ਮੇ ਪਾਸ ਪਾਸ ਮੇ ਪਾਸ, ਜੋ ਕੇਲੇ ਕੇ ਪਾਸ ਮੇ ਪਾਸ ਪਾਸ ਮੇ ਪਾਸ, ਜੋ ਗੁਰੂ ਨਾਨਕ ਘਰ ਕੀ ਪਾਸ ਮੇ ਪਾਸ ਪਾਸ ਮੇ ਪਾਸ, ਔਰ ਜਿਉਂ ਜਿਉਂ ਖੋਲੀ ਜਾਓ ਪਿਆਸ ਨੂੰ, ਜਿਉਂ ਜਿਉਂ ਪੜੀ ਜਾਓ ਜਿਉਂ ਜਿਉਂ ਦਾ ਨਿਰਣਾ ਹੋਰ ਤਾਂ ਹੋਰ ਇਕੱਠਾ ਕੇ ਆਉਂਦੀ ਹੈ, ਕਿਉਂਕਿ ਅੰਤ ਨਹੀਂ ਨਾ ਪਰਮੇਸ਼ਵਰ ਦਾ ਖਾਲਸਾ ਹੈ, ਪਰਮੇਸ਼ਵਰ ਦੀ ਜੋਤ ਇਹਦੇ ਚ ਪ੍ਰਕਾਸ਼ ਹੈ, ਇਹਨੂੰ ਗੁਰੂ ਖਾਲਸੇ ਦਾ ਸ਼ਬਦ ਪ੍ਰਾਪਤ ਹੋਇਆ ਹੈ। ਇਸ ਕਰਕੇ ਗੁਰਮਨ ਮਧ ਪਾਤਸ਼ਾਹ ਉਹ ਟਾਈਮ ਦੀ ਗੱਲ ਕਰਦੇ ਨੇ, ਸਤਿਗੁਰਾਂ ਵਿੱਚ ਤੇ ਪਾਤਸ਼ਾਹ ਦੇ ਵਿੱਚ ਬਹੁਤ ਮਿਹਰ ਵੱਧ ਚੁੱਕਿਆ ਤੇ ਜਿਹਨਾਂ ਦੇ ਗੁਰੂ ਸਾਹਿਬ ਨੇ ਸੀਸ ਦਿੱਤਾ ਹੋਵੇ ਦਿੱਲੀ ਵਿੱਚ ਜਾ ਕੇ ਤੇ ਉਹਨਾਂ ਦੇ ਜਿਹੜੇ ਸਿੱਖਾਂ ਨੂੰ ਕਦੋਂ ਕੈਦ ਕਰਨਗੇ, ਇਹਨਾਂ ਨਾਲ
ਸੁਨੀ ਹਰਪਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਰੀਰ ਜਿਹੜਾ ਸੀ ਦਿੱਲੀ ਵਿੱਚ ਜਾ ਕੇ ਵਰਨਾ ਕੀਤਾ ਦਿੱਲੀ ਪਾਸੋਂ ਜੜ ਉਖੜਾਈ ਭਾਵ ਜੜ ਗੇੜ ਦਿੱਤੀ ਹੈ ਇਹਨਾਂ ਦੀ ਦਿੱਲੀ ਦੇ ਬਾਦਸ਼ਾਹ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਅੰਤਰਯਾਮੀ ਸਤਿਗੁਰਾਂ ਨੇ ਜਾਣ ਲਿਆ ਕਿ ਤਿਰਕਾਂ ਦੀ ਜੜ ਤਾਂ ਸੁੱਕ ਗਈ ਹੈ ਤਿਰਕਾਂ ਦੀ ਜੜ ਤਾਂ ਸੁੱਕ ਗਈ ਹੈ ਬਿਲਕੁਲ ਸਾਰਿਆਂ ਦੀ ਸ਼ਰਾਬ ਨਾਲ ਦਰਖਤ ਸੁੱਕ ਜਾਂਦਾ ਹੈ ਪਰ ਜਿੰਨਾ ਚਿਰ ਵੱਢੀਏ ਨਾ ਟਿਕਦਾ ਪਰ ਇੰਨਾ ਝੋਲਣਾ ਚਿਰ ਖੜਾ ਰਹਿੰਦਾ ਹੈ ਇਸ ਵਾਸਤੇ ਸਾਹਿਬਾਂ ਨੇ ਵਿਚਾਰ ਕੀਤਾ ਵੀ ਉਹਨੂੰ ਕੱਟ ਕੇ ਸਿੱਟਕੀ ਹੋਣੇ ਉੱਥੋਂ ਤੁਰਕਾਂ ਦੀ ਪਾਤਸ਼ਾਹੀ ਰੂਪੀ ਜੋ ਦਰਖਤ ਹੈ ਇਹ ਸੁੱਕ ਗਈ ਜਾੜੇ ਦੀ ਔਰ ਕੱਟ ਕੇ ਸਿੱਟਣਾ ਪੈਣਾ ਹੈ ਇਸ ਵਾਸਤੇ ਪਾਂਡ ਸਕਦਾ ਵੀ ਦਸਤਾ ਹੋ ਜਾਏ ਰੁੱਖ ਸੁੱਕ ਕੇ ਤੇ ਵੱਡੀ ਹਨੇਰੀ ਆਵੇ ਤੇ ਉਹ ਅੰਡਾ ਕੇ ਮਾਰੇ ਜੜ੍ਹਾਂ ਤੋਂ ਪੱਟ ਕੇ ਜਾਂ ਫਿਰ ਕੁਹਾੜਿਆਂ ਨਾਲ ਆਰਿਆਂ ਨਾਲ ਵੱਡਿਆ ਜਾ ਸਕਦਾ ਉਹ ਤਾਂ ਫਿਰ ਗੰਢੇ ਦੀ ਪੌਣ ਚਲਾਈਏ ਦਿੰਦੇ ਹਨੇਰ ਲਿਆਈਏ ਗੰਢੇ ਦੀ ਕਿਹੜਾ ਧਾਰ ਦਾ ਤੇ ਇਹਨਾਂ ਦੇ ਨਾਲ ਲੋਹਾ ਲਈਏ ਤੇ ਇਹਨਾਂ ਨੂੰ ਪੱਟ ਕੇ ਪਰੇ ਸਕੀਏ ਇਸ ਢੰਗ ਦੇ ਨਾਲ ਢਾਵਕ ਢੰਗ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਮਾਰ ਕੇ ਗਿਰਾ ਦਈਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਭਾਈ ਰਤਨ ਸਿੰਘ ਜੀ ਦੀਵਾਨ ਸਦੀ ਵਿਚ ਵਿਸਾਖੀ ਦੇ ਦਿਨ ਜਿੱਥੇ ਬਹੁਤ ਸਾਰੀਆਂ ਸੰਗਤਾਂ ਤੇ ਸਭ ਦੇਸ਼ਾਂ ਤੋਂ ਆਈਆਂ ਸਨ ਸਤਿਗੁਰਾਂ ਨੇ ਸਰੀਰ ਸਾਹਿਬ ਪੱਲੇ ਹੱਥ ਦੇ ਵਿਚ ਤੇ ਹੁਕਮ ਨਾਵਾ ਕੀਤਾ ਤੁਰਕਾਂ ਨੂੰ ਮਾਰ ਕੇ ਪਾਤਸ਼ਾਹੀ ਖੋ ਲਈਏ ਇਹਨਾਂ ਤੋਂ ਬੜੇ ਲੈਕ ਨਹੀਂ ਰਹੇ ਗੁਰੂ ਪਾਤਸ਼ਾਹ ਦਾ ਬਚਨ ਸੀ ਇਹਦੇ ਬਾਬਰ ਦੇਣਾ ਹੋਇਆ ਬਾਬਰ ਤੈਨੂੰ ਪਾਤਸ਼ਾਹੀ ਦਿੰਦੇ ਆ ਤੂੰ ਤਾਂ ਮੰਗਦਾ ਹੈ ਤੂੰ ਕੱਲ ਨੂੰ ਸਾਡੇ ਉੱਤੇ ਹੱਥ ਚੁੱਕਿਆ ਸਾਡੇ ਸਿੱਖਾਂ ਤੇ ਹੱਥ ਚੁੱਕਿਆ ਸੀ ਵਾਪਸ ਖੋ ਲਾਂਗੇ ਇਸ ਬਚਨ ਉੱਤੇ ਸਿੱਖਾਂ ਦੀ ਤੇ ਬਾਬਰ ਨੇ ਮੰਨ ਲਈ ਸੀ ਗੱਲ ਚੰਗਾ ਮਹਾਰਾਜ ਅਸੀਂ ਤਾਂ ਤੁਹਾਨੂੰ ਮੰਨਾ ਪੂਜਾਂਗੇ ਵੀ ਸਾਡੇ ਪੀਰ ਹੋ ਸਾਨੂੰ ਰਾਜ ਦੇ ਰਹੇ ਹੋ ਅਸੀਂ ਕਿਉਂ ਭੁੱਲਾਂਗੇ ਪਰ ਜੇ ਭੁੱਲ ਜਾਈਏ ਵਿਸਰ ਜਾਣ ਮੇਰੇ ਮਗਰੋਂ ਆਉਣ ਵਾਲੇ ਤਾਂ ਬੇਸ਼ੱਕ ਮੋੜ ਦਿਓ ਪਰ ਉਹ ਨਾ ਜੀ ਮੋੜੋ ਇਹ ਕਰਕੇ ਸਾਹਿਬ ਨੇ ਵਚਨ ਕੀਤਾ ਸੀਗਾ ਅਸੀਂ ਕੋਈ ਨੀ ਅਸੀਂ ਸੀਸ ਦੇ ਕੇ ਲੈ ਲਵਾਂਗੇ ਫਿਕਰ ਨਾ ਕਰੋ ਇਹ ਕਰਕੇ ਵੀ ਉਹ ਸ਼ਬਦ ਜਿਹੜੇ ਸਨ ਸਤਿਗੁਰੂ ਅੰਤਰਜਾਮੀ ਜਾਣਦੇ ਸੋਚਣਾ ਦੇ ਆਪਣੇ ਸ਼ਬਦ ਸਨ ਸਤਿਗੁਰ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤਾ ਕਰਨੀ ਸ਼ਾਹੀ ਨਕਾਰੀ ਇਹ ਕੀ ਕਰਨੀ ਨਕਾਰੀ ਜਿਹਦੇ ਝੂਠ ਕੂੜ ਬੋਲਣਾ ਪੈਂਦਾ ਹੈ ਵਿਆਹ ਤੇ ਨਿਆਈਆਂ ਕਰਨੀਆਂ ਪੈਂਦੀਆਂ ਹਨ ਸਾਨੂੰ ਕੀ ਲੋੜ ਹੈ ਉਦਾਸ ਸੱਚੇ ਪਾਤਸ਼ਾਹ ਸਨ ਅਸਾਂ ਕੀ ਪਾਤਸ਼ਾਹੀ ਕਰਨੀ ਹੈ ਸਾਡੇ ਘਰ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਹੈ ਅਸੀਂ ਉਹਦੇ ਵਾਰਸ ਹਾਂ ਅਸਾਂ ਪਾਤਸ਼ਾਹੀ ਕੀ ਕਰਨੀ ਹੈ ਪਾਤਸ਼ਾਹੀ ਕਰਨੀ ਪਰੇ ਪਾਤਸ਼ਾਹ ਦੇ ਵਿੱਚ ਆਉਣ ਵਾਲੇ ਅੱਜ ਦੇ ਉਹਨੇ ਚਰਨੀ ਉਲਕੇ ਸੁਣਾ ਦੇ ਉਹ ਤੇ ਮੰਗ ਕੇ ਲਿਆ ਉਹਨਾਂ ਨੇ ਰਾਜ ਪਾਤਸ਼ਾਹੀ ਕੀ ਪਰਵਾਹ ਹੈ ਜੀ ਪਾਤਸ਼ਾਹੀਆਂ ਦੀ ਇਹ ਸਾਹਿਬ ਜੀ ਨੇ ਵਿਚਾਰ ਕੀਤਾ ਚਲੋ ਕਹਿੰਦੇ ਆਪਣੇ ਨੌਕਰਾਂ ਨੂੰ ਆਪਣੇ ਨੌਕਰਾਂ ਚਾਕਰਾਂ ਨੂੰ ਪਾਸ ਕੇ ਦੇ ਦਈਏ ਨਾ ਤੂੰ ਖੋਲੀਏ ਸਭ ਦਾ ਬੱਚੇ ਵੀ ਪੂਰਾ ਹੋ ਜਾਏ ਸਭੋ ਨੇ ਚਿੱਤ ਵਿੱਚ ਖਾਣ ਲਈ ਸੀ ਇਹਨਾਂ ਰਾਜਿਆਂ ਦਾ ਰਾਜ ਪਲਟਾ ਕਰ ਦਈਏ ਹੁਣ ਇਹ ਨੀ ਹੁਣ ਲੈ ਕੇ ਰਹੇ ਰਾਜ ਕਰਨ ਦੇ ਤੇ ਵਿਚਾਰ ਕੀਤੀ ਆ ਜਿੰਨੇ ਪਰਬਤ ਦੇ ਰਾਜੇ ਹਿੰਦੂ ਰਾਜੇ ਨੇ ਇਹਨਾਂ ਨੂੰ ਖੜਕ ਕਹਿੰਦੇ ਨੇ ਖੰਡੇ ਨੂੰ ਰੂਪ ਹੈ ਸਰੂਪ ਹੈ ਤਲਵਾਰ ਦਾ ਖੜਕ ਉਹਨੂੰ ਕਹਿੰਦੇ ਨੇ ਇਹ ਖੰਡਾ ਹੈ ਖੱਗ ਰੂਪ ਹੈ ਪਾਵੋ ਚੌੜੇ ਤੇ ਭਾਰੇ ਹੁੰਦੇ ਨੇ ਇਹ ਖੜਕ ਨੂੰ ਕਹਿੰਦੇ ਨੇ ਇਹਨਾਂ ਰਾਜਿਆਂ ਨੂੰ ਗੁਰਕਾਰ ਕੀ ਇਹ ਛੱਤਰੀ ਰਾਜੇ ਨੇ ਆਪ ਤੋਂ ਲੈ ਕੇ ਰਾਜ ਕਰਦੇ ਹੁੰਦੇ ਪ੍ਰਿਥਵੀ ਦਾ ਇਹਨਾਂ ਨੂੰ ਖਾਲਸਾ ਬਣਾਈਏ ਤੇ ਇਹਨਾਂ ਨੂੰ ਤਲਵਾਰਾਂ ਖੜਕੀ ਇਹਨਾਂ ਤੋਂ ਯੁੱਧ ਕਰਵਾਈਏ ਸਤਿਗੁਰਾਂ ਨੇ ਵਿਚਾਰ ਕੀਤਾ ਮਨ ਦੇ ਵਿੱਚ ਸਤਿਗੁਰਾਂ ਨੇ ਵਿਚਾਰ ਕੀਤਾ ਪੱਥਰ ਪੂਜਨੇ ਇਹ ਕਦੋਂ ਮੈਂ ਸਾਡੇ ਸਿੱਖਾ ਕੇ ਕਦੋਂ ਇਹਨਾਂ ਨੇ ਆ ਕੇ ਗੁਰੂ ਗਰਦੇ ਦੀ ਓਟ ਲਈ ਮੁਕਤ ਨਿਯਮ ਪਰ ਮੁਕਤੀ ਨਿਯਮ ਦੇਈਏ ਵੀ ਇਹਨਾਂ ਨੂੰ ਕਿਉਂ
ਇੱਕ ਹੀ ਲੱਗਦੇ ਕੀ ਧਾਰਨਾ ਇਹਨਾਂ ਦੀ ਕੀ ਸੇਵਾ ਇਹਨਾਂ ਦੀ ਗੁਰੂ ਘਰ ਵਿਚ ਜਿਹੜੇ ਇਹਨਾਂ ਨੂੰ ਅਸੀਂ ਪਾਤਸ਼ਾਹ ਹੀ ਦੇ ਦਈਏ ਇਹਨਾਂ ਨੂੰ ਰਾਜਬਖਸ਼ ਦਈਏ ਆਪਣੇ ਬੱਚਿਆਂ ਦਾ ਹਰੇਕ ਪਿਆਰ ਕਰਦਾ ਹੈ ਮੂੰਹ ਚੁੰਮਦੇ ਹਨ ਪਿਆਰ ਕਰਦੇ ਮਮਤਾ ਦੇ ਮਾਰੇ ਮਾਪੇ ਸਾਹਿਬ ਕਹਿੰਦੇ ਸਾਡੇ ਪੁੱਤਰ ਨੇ ਸਿੱਖ ਇਹਨਾਂ ਨੂੰ ਨੇ ਇਹਨਾਂ ਪਰਾਇਆ ਪੁੱਤਰਾਂ ਦਾ ਕਿਉਂ ਮੂੰਹ ਕਿਵੇਂ ਨੇ ਇਹਨਾਂ ਨੂੰ ਕਿਉਂ ਦਈਏ ਅਸੀਂ ਪਾਤਸ਼ਾਹੀਆਂ ਇਹ ਪੱਤਰ ਪੂਜ ਨੇ ਪੱਤਰ ਕਿੰਨਾ ਦੇਰ ਪਾਣੀ ਚ ਪਿਆ ਰਿਹਾ ਭਿੱਜਿਆ ਕਦੀ ਜਦੋਂ ਘਰੋਂ ਸੁੱਕੇ ਦਾ ਸੁੱਕਾ ਨਿਕਲਦਾ ਹੈ ਇਸ ਵਾਸਤੇ ਇਹ ਲਾਇਕ ਨਹੀਂ ਪਾਤਸ਼ਾਹੀ ਦੇ ਗੁਰੂ ਘਰ ਤੋਂ ਆਲ ਕਿਰਤ ਘਰ ਨੇ ਪੱਤਰ ਪੂਜਦੇ ਨੇ ਸਤਿਗੁਰੂ ਜਾਗਦੀ ਯੋਗ ਨੂੰ ਮਨਾਉਂਦੇ ਨੇ ਇਹ ਤਾਂ ਪਰਮੇਸ਼ਰ ਨੂੰ ਨੀ ਜਾਣਦੇ ਪੱਥਰ ਨੂੰ ਪਰਮੇਸ਼ਰ ਸਮਝੀ ਬੈਠੇ ਹਨ ਨਵੇਂ ਰਾਜਪੂਤ ਅਜਿਹਾ ਦੇ ਪੂਤ ਪਰ ਸਜੀ ਬੜੀ ਅੱਧਾ ਤਿਲ ਤਿਲ ਕੇ ਪਹਿਨਣ ਅਸੀਂ ਰਾਜਪੂਤ ਹੁੰਦੇ ਹਾਂ ਲੇਕਿਨ ਇਹਨਾਂ ਦੀ ਕਥਾ ਮਹਾਰਾਜ ਹੈਗੀ ਆ ਕਿ ਜਿਹਨੂੰ ਅਜੇ ਰਾਜੇ ਦੇ ਪੁੱਤਰ ਮੇਹ ਦਸ ਮੇਹ ਤੇ ਤੀਸਰਾ ਜਿਹੜਾ ਸੀ ਅਜਾਇਬ ਸਿੰਘ ਸੀਗਾ ਉਹ ਗੋਲੀ ਦਾ ਪੁੱਤਰ ਸੀ ਕਾਸ਼ੀ ਦੇ ਰਾਜ ਉੱਤੇ ਹੱਲਾ ਬੋਲ ਕੇ ਉਸਨੇ ਦੋ ਲੜਕੀਆਂ ਰਾਜੇ ਦੀਆਂ ਆਪਣੇ ਛਾਤੀ ਚ ਲੈ ਲਈਆਂ ਵਿਆਹ ਲਈਆਂ ਅਤੇ ਜੋ ਅਜਾ ਸਿੰਘ ਦੀ ਮਾਂ ਸੀ ਉਹ ਗੋਲੀ ਸੀ ਉਹ 14 ਵਿਦਿਆ ਨਿਧਾਨ ਸੀ ਇਹਨਾਂ ਤੋਂ ਰਾਣੀਆਂ ਤੋਂ ਜ਼ਿਆਦਾ ਪੜੀ ਸੀ ਰਾਣੀਆਂ ਤੋਂ ਜ਼ਿਆਦਾ ਸੁੰਦਰ ਸੀ ਰਾਣੀਆਂ ਤੋਂ ਜ਼ਿਆਦਾ ਗੁਣ ਸਨ ਉਹਦੇ ਵਿੱਚ ਇਹ ਜਿਵੇਂ ਜੇ ਰਾਜੇ ਨੇ ਉਸਦੀ ਵੀ ਸੰਗਤ ਕੱਢ ਲਈ ਉਸ ਤੋਂ ਅਜਾ ਸਿੰਘ ਪ੍ਰਗਟ ਹੋਇਆ ਜਨਮੇਜਾ ਮਰ ਗਿਆ ਇਹ ਤਿੰਨੇ ਭਰਾ ਬੈਠ ਕੇ ਭਾਸ਼ਾ ਖੇਡਣ ਲੱਗੇ ਹੁਣ ਉਹ ਜਿਹੜਾ ਸੀਗਾ ਇਹ ਦੋ ਜਿਹੜਾ ਆਪਣਾ ਅਸਮੇਧ ਤੇ ਅਸਮੇਧ ਮੇਧ ਤਾਂ ਪੀ ਕੇ ਸ਼ਰਾਬ ਮਸਤ ਰਹਿੰਦਾ ਸੀ ਭਾਸ਼ਾ ਖੇਲ ਕਰਦਾ ਸੀ ਦੂਜਾ ਜਿਹੜਾ ਅਸਮੇਧ ਸੀ ਉਹ ਦਿਨ ਚੋਂ ਸੱਠ ਮਰਦੰਗ ਵੱਜਦਾ ਰਹਿੰਦਾ ਤੇ ਉਹਦੀ ਧੁਨੇ ਚ ਬੈਠਾ ਰਹਿੰਦਾ ਸ਼ਰਾਬ ਪੀ ਕੇ ਇਹ ਸਾਰੇ ਰਾਜ ਦੀ ਸੰਭਾਲ ਕਰਦਾ ਸੀ ਅਜਾਇਬ ਸਿੰਘ ਜਿਹੜਾ ਸੀ ਫੌਜਾਂ ਦਾ ਮਾਲਕ ਇਹ ਸੀ ਕਿ ਜਦੋਂ ਤਿੰਨੇ ਭਰਾ ਅਸਜੀ ਜੀ ਖੇਲਣ ਲੱਗੇ ਤਾਂ ਇਹ ਕਿ ਦੂਜੇ ਭਰਾ ਜਿਹੜੇ ਸੰਤੋਂ ਹੋਏ ਮੇਧ ਤੇ ਅਸਮੇਧ ਜਦੋਂ ਉਹਦੀ ਨਰਦ ਮਾਰਿਆ ਕਰਮ ਕਹਿਣੇ ਕਿਹਾ ਮਾਰੇਗਾ ਰਜੀਆ ਕਾ ਪੂਤ ਰਜੀਆ ਕਹਿੰਦੇ ਕੋਲੀ ਨੂੰ ਇਹ ਕੋਲੀ ਦਾ ਪੁੱਤ ਕੀ ਮਾਰੂਗਾ ਸਾਡੇ ਸਾਹਮਣੇ ਕੀ ਖੇਲੂਗਾ ਇਸ ਤਰ੍ਹਾਂ ਮਿਹਣਾ ਮਾਰਦੇ ਜਦ ਇਸ ਤਰ੍ਹਾਂ ਇੱਕ ਦੋ ਬਾਜੀਆਂ ਆ ਗਿਆ ਤਾਂ ਉਹਨੂੰ ਗੁੱਸਾ ਆਇਆ ਉਹਨੇ ਕਿਹਾ ਮੋਜੀ ਜੇ ਕਰਦੇ ਕੀ ਨੇ ਉਹਨੇ ਕਿਹਾ ਕਿਉਂ ਵੀ ਖੜੇ ਹੋ ਖੜੇ ਕਰਕੇ ਫੌਜ ਸਤਲੀ ਤਿੰਨ ਸਿਆਜ ਕਰਦੀ ਦੋ ਸੌ ਫੌਜ ਉਹਨੂੰ ਦੇ ਦਿੱਤੀ ਕਹਿੰਦੇ ਐ ਮੈਦਾਨ ਸੀ ਖੇਡੀ ਗਿਆ ਪਾਸ਼ਾ ਐ ਪਤਾ ਲੱਗ ਜੂਗਾ ਹੁਣ ਇਹ ਜਰਨੈਲ ਸੀਗਾ ਆਪ ਮੂਹਰੇ ਲੱਗਿਆ ਫੌਜ ਦੇ ਇਹਨਾਂ ਦੱਸ ਕੇ ਲੈ ਗਏ ਸਾਨੂੰ ਫੌਜ ਦੇ ਇਹ ਜੋ ਭੱਜੇ ਨੇ ਕਲਕੱਤੇ ਦਾ ਏਰੀਆ ਬ੍ਰਾਹਮਣਾਂ ਦਾ ਰਾਜ ਪਹਿਲੇ ਬ੍ਰਾਹਮਣ ਰਾਜ ਕਰਦੇ ਰਹੇ ਨੇ ਇਹਨਾਂ ਦੇ ਰਾਜ ਚੱਲ ਗਏ ਉਧਰ ਜਾ ਕੇ ਲੁਕ ਗਏ ਤੇ ਸਾਨੂੰ ਸ਼ਰਮ ਦੇ ਉਹਨਾਂ ਲੁਕੋਲੇ ਮਗਰ ਗਿਆ ਉਹਨੇ ਕਹਿੰਦੇ ਚੋਰ ਆਏ ਨੇ ਮੇਰੇ ਵੀ ਜੋ ਇਹ ਤੁਹਾਨੂੰ ਮੈਂ ਦੇਖ ਲਓ ਕੀ ਕਰਦਾ ਤੁਹਾਡੇ ਨਾਲ ਉਹਨਾਂ ਬ੍ਰਾਹਮਣਾਂ ਕਰ ਜੇ ਅਸੀਂ ਦਿੰਦੇ ਹਾਂ ਹੁਣ ਸ਼ਰਨ ਆਇਆ ਇਹ ਬੜਾਉਣੇ ਸਾਡਾ ਧਰਮ ਜਾਂਦਾ ਹੈ ਇਹ ਧਰਮ ਸਾਡਾ ਜਾਂਦਾ ਹੋਊਗਾ ਉਹਨੇ ਕਿਹਾ ਨਹੀਂ ਮੰਨਦੇ ਉਹਨੇ ਅੱਲਾ ਬੋਲ ਦਿੱਤਾ ਇਹਨਾਂ ਬ੍ਰਾਹਮਣ ਦੀ ਲੜਕੀ ਜਿਹੜੀ ਸੀ ਨਾ ਉਹ ਆਪਣੇ ਨਾਲ ਵਿਆਹ ਲਈ ਧੱਬੇ ਨਾਲ ਗਿਆ ਫੜ ਫੜ ਕੇ ਬੋਧੀਆਂ ਦੇ ਕਹਿੰਦੇ ਕਹੋ ਮੇਰੇ ਨਾਲ ਇੱਥੇ ਉਹ ਜਦੋਂ ਨਾ ਮੰਨੇ ਉਹਨੇ ਤਲਵਾਰ ਚਲਾ ਦਿੱਤੀ ਬ੍ਰਾਹਮਣ ਵੜ ਵੜ ਕੇ ਸਿਰ ਦਿੱਤੇ ਹੁਣ ਜਰਦਾ ਮਾਰੇ ਲੋਕ ਬਦਲੇ ਆ ਜਿਹੜੀਆਂ ਜਾਤਾਂ ਸਨ ਆਪਾਂ ਬਣੀਆਂ ਆ ਬਣੀਆਂ ਉਹ ਜਦੋਂ ਫੜਦੇ ਸਨ ਉਹਨਾਂ ਨੂੰ ਤਾਂ ਉਹ ਨਹੀਂ ਸੀਗਾ ਜਿਹੜੀ ਛਤਰੀਆਂ ਅਜੇ ਜੀ ਬ੍ਰਾਹਮਣ ਅਜੇ ਜੀ ਸੁਨਿਆਰੇ ਹੁੰਦੇ ਅਜੇ ਕਹਿਆਰ ਹੁੰਦੇ ਜੀ ਅਸੀਂ ਫਲਾਨੇ ਹੁੰਦੇ ਐ ਲੋਕਾਂ ਜਾਣਾ ਚੜਾਈਆਂ ਉਹਨਾਂ ਤੋਂ ਜਿਹੜੇ ਸੰਗੇ ਛਤਰੀ ਉਹਨੇ ਛੱਡਦਾ ਨਹੀਂ ਦਿਓ ਕਹਿੰਦਾ ਮੇਰੇ ਨਾਲ ਖਾਓ ਬੈਠ ਕੇ ਇਹ ਕਰਕੇ ਉਸਨੇ ਦਬਦਬਾ ਪਾ ਕੇ ਇਹ ਸਾਰੇ ਰਜੀਆ ਕੇ ਬੂਤ ਫੜ ਗਏ ਰਾਜਪੂਤ ਆਉਣ ਲੱਗ ਗਈ ਉਸ ਦਿਨ ਤੋਂ ਭਾਵੇਂ ਕੋਈ ਛਤਰੀ ਸੀ ਤੇ ਭਾਵੇਂ ਕੋਈ ਹੋਰ ਪਹੁੰਚਦਾ ਸੀ ਉਹ ਲੜਦੇ ਮਾਰੇ ਤੇ ਅਸੀਂ ਰਾਜਪੂਤ ਹੁੰਦੇ ਭਾਵੇਂ ਮਦਨ ਸਾਹਿਬ ਬੋਲੀ ਦਾ ਪੁੱਤਰ ਰਜੀਆ ਕਾ ਬੂਤ ਹੁਣ ਸਾਰੇ ਅਗਰ ਨਾਲ ਕਹਾਉਂਦੇ ਨੇ ਪਤਾ ਉਹਨਾਂ ਨੂੰ ਹੈ ਨੀ ਆਪਣੇ ਇਤਿਹਾਸ ਦਾ ਜੋ ਕਹੀਏ ਉਹਨਾਂ ਨੂੰ ਬੋਲੀ ਦਾ ਪੁੱਤਰ ਤੇ ਫਿਰ ਸਮਝ ਲੱਗ ਗਿਆ ਬੋਲੀ ਕਿਸ ਤੋਂ ਬੋਲਦੇ ਰਜੀਆ ਬੋਲਦੇ ਬੋਲੀ ਫਿਰ ਸਮਝ ਆਉਂਦੀ ਹੈ ਹੁਣ ਵੀ ਜੇ ਉਦੈਪੁਰ ਦੇ ਉੱਥੇ ਛਤਰੀ ਹਨ ਇਹਨਾਂ ਨੇ ਅਕਬਰ ਨੂੰ ਟੋਲਾ ਨਹੀਂ ਦਿੱਤਾ ਲੜਦੇ ਰਹੇ ਰਾਣਾ ਪ੍ਰਤਾਪ ਵਰਗੇ ਉਹਨਾਂ ਦੇ ਮੁੜ ਪਰ ਜੇ ਦੂਜੇ ਹੁਣ ਜਿੰਨੇ ਰਾਜਪੂਤ ਆਉਂਦੇ ਨੇ ਬੈਠਣ ਦੇ ਕੁਰਸੀ ਤੇ ਲੱਤ ਮਾਰ ਕੇ ਸੁੱਟ ਜਾਂਦੇ ਹੈ ਧਮਕੀਰੀ ਹੋ ਸੁਧਾਰ ਹੋ ਤੁਮਨੇ ਆਪਣੀਆਂ ਲੜਕੀਆਂ ਦੀਆਂ ਮੁਗਲਾਂ ਤੋਂ ਮੈਂ ਹਮਾਰੀ ਉਮਰ ਵਰਗੇ ਸੇ ਬੈਠ ਸਕਦੇ ਹੋ ਅੱਜ ਨਹੀਂ ਬੈਠ ਸਕਦੇ ਇਸ ਤਰ੍ਹਾਂ ਕਰਕੇ ਇਹ
ਆਪਣਾ ਜੋ ਜਾਤਾਂ ਸਨਾਤਾਂ ਪੈਦਾ ਹੋ ਗਈਆਂ, ਜਿਨ੍ਹਾਂ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਲ ਬਖਸ਼ਿਆ, ਇਹਨਾਂ ਨੂੰ ਖਾਲਸਾ ਬਣਾਇਆ, ਨਹੀਂ ਤਾਂ ਸਾਰੇ ਲੋਕ ਕੀਤੀ ਹੋ ਚੁੱਕੇ ਸਨ। ਸਭ ਰਾਹ ਮਿਲ ਗਿਆ ਸੀ ਸਮਾਨਤਾ ਰਾਹੀ। ਸਾਹਿਬ ਨੇ ਵੀ ਵਿਚਾਰ ਕੀਤੀ ਜੀ ਇਹਨਾਂ ਨੂੰ ਦਿੱਤਾ ਸੀ ਰਾਜ, ਇਹ ਆਪਣੇ ਆਪ ਨੂੰ ਰਾਜਪੂਤ ਪਾਉਂਦੇ ਨੇ, ਅਸੀਂ ਤਾਂ ਆਪ ਹੀ ਸਿਪਾਹੀਆਂ ਸੀ ਪਹਿਲੇ ਰਾਜਪੂਤ। ਹਾਂ ਨੇ ਵਿਚਾਰਿਆ ਕਦੋਂ ਆਖਣਗੇ ਸਾਨੂੰ ਸੱਚੇ ਗੁਰੂ ਨੇ ਰਾਜ ਦਿੱਤਾ ਹੈ, ਪਰ ਉਹਨਾਂ ਨੇ ਪਾਸੇ ਮੁਖੀ ਤਾਂ ਮੰਨਣਾ ਹੀ ਨਹੀਂ ਕਿ ਸਾਡੇ ਪਿਓ ਦਾਦੇ ਰਾਜ ਕਰਦੇ ਆਏ ਨੇ, ਉਸੇ ਤਰ੍ਹਾਂ ਅਸੀਂ ਵੀ ਰਾਜੇ ਤੁਹਾਨੂੰ ਕਦੋਂ ਦਿੱਤਾ ਕਿਸੇ ਨੇ। ਵਿਚਾਰ ਆਏ ਸਤਿਗੁਰਾਂ ਦੇ, ਹੁਣ ਅੰਗਰੇਜ਼ ਸਿੱਖ ਨੇ ਜਿਹੜੇ ਸਾਡੇ ਆ ਕੇ ਧਰਤੀ ਹੋਏ ਨੇ ਪੰਥ ਵਿੱਚ, ਇਹ ਪਾਤਸ਼ਾਹੀ ਇਹਨਾਂ ਤੋਂ ਖੋ ਕੇ ਇਹਨਾਂ ਨੂੰ ਦੇ ਦਈਏ, ਉਹਨਾਂ ਗਰੀਬਾਂ ਸਿੱਖਾਂ ਨੂੰ ਪਾਤਸ਼ਾਹੀ ਦਈਏ। ਉਹ ਜਾਣਗੇ ਸਾਡੇ ਮਾਈ ਬਾਪ ਗੁਰੂ ਨੇ, ਉਹਨਾਂ ਸਾਨੂੰ ਦਿੱਤੀ ਹੈ ਸ਼ਕਤੀ, ਸਾਨੂੰ ਪਾਤਸ਼ਾਹੀ ਦਿੱਤੀ ਹੈ। ਇਹ ਗਰੀਬ ਸਿੱਖ ਮੇਰੇ ਯਾਦ ਕਰਨਗੇ ਮੈਨੂੰ, ਇਹਨਾਂ ਦੇ ਆਖਰ ਪਾਲ ਕਰਨਾ ਹੀ ਨਹੀਂ ਯਾਦ। ਗਰੀਬ ਨੂੰ ਸਹੀ ਫਾਇਦੀ ਚੀਜ਼, ਜਿਹਦੇ ਅੱਗੇ ਹੀ ਫਾਹ ਕੋਈ ਨਹੀਂ ਹੈ, ਕੀ ਬਹੁਤ ਕੁਛ ਹੈ, ਉਹਨੂੰ ਦੇਣ ਦਾ ਕੀ ਫਾਇਦਾ ਹੋਇਆ। ਦਇਆਵਾਨ ਗੁਰੂ ਘਰ, ਦਇਆਵਾਨ ਹੈ ਗੁਰੂ ਦਾ ਘਰ ਜਿਹੜਾ ਹੈ, ਤੇ ਗਰੀਬ ਨਾਜ ਕਹਿੰਦੇ ਹਨ ਇਸ ਗੁਰੂ ਘਰ ਨੂੰ, ਇਹ ਗਰੀਬਾਂ ਨੂੰ ਨਵਾਜਣ ਵਾਲਾ ਹੈ, ਤੇ ਕਿਉਂ ਨਾ ਗਰੀਬਾਂ ਨੂੰ ਨਵਾਜਿਆ ਜਾਏ, ਇਹਨਾਂ ਨੂੰ ਕਿਉਂ ਦਈਏ ਰਾਜ। ਬਾਰਾਂ ਜਾਤਾਂ ਤੇ ਸਭ ਸਨਾਤਾਂ ਹਨ, ਭਾਵੇਂ ਦੁਨੀਆਂ ਦੇ ਉੱਤੇ ਜਿਹੜੇ ਜਾਤੀ ਨਾਮ ਕਰਕੇ ਲੋਕ ਆਪਣੇ ਆਪ ਨੂੰ ਫਖਰ ਨਾਲ ਲਿਖਦੇ ਨੇ, ਸਾਡੀ ਫਲਾਨੀ ਜਾਤ ਹੈ, ਸਾਡੀ ਉਹ ਉੱਚਾ ਆਪੇ ਬਣਦਾ, ਕੁਨੀਆਂ ਬਣਦਾ, ਬਣਿਆ ਕਦੋਂ ਬਣਿਆ ਜਾਂਦਾ, ਇਹਨਾਂ ਨੂੰ ਪਤਾ ਨਹੀਂ, ਸੁਧਾ ਨਹੀਂ ਕਿਸੇ ਦੇ ਉੱਤੇ ਕਿਹੜੀ ਜਾਤ ਬਣੀ ਕਿੱਥੋਂ ਹੈ। ਲੇਕਿਨ ਆਪਸ ਵਿੱਚ ਹੀ ਲੋਕ ਇਸ ਤਰ੍ਹਾਂ ਮਾਣ ਕਰਦੇ ਨੇ, ਹੰਕਾਰ ਵਿੱਚ ਆ ਕੇ ਵੀ ਸਾਡੀ ਜਾਤ ਬੜੀ ਉੱਚੀ ਹੈ, ਇੱਥੇ ਫਲਾਨੇ ਹੁੰਦੇ ਹਾਂ, ਧਮਕੇ ਹੁੰਦੇ ਹਾਂ, ਇਹ ਕਰਕੇ ਨਹੀਂ। ਸਹਿ ਭਾਈ ਸਾਹਿਬ ਜੀ ਕਹਿੰਦੇ ਨੇ ਬਾਰਾਂ ਜਾਤਾਂ ਸੱਤ ਸਰਾਤਾਂ ਦੇ ਵਿੱਚੋਂ ਰਾਜਨੀਤੀ ਬਾਤ, ਜਿਹੜੇ ਵਿਚਾਰੇ ਹੁਣ ਨਹੀਂ ਚੱਲੇ ਆ ਰਹੇ, ਜਿਨ੍ਹਾਂ ਨੂੰ ਰਾਜਨੀਤੀ ਦੀ ਗੱਲ ਦਾ ਹੀ ਪਤਾ, ਜਿਨ੍ਹਾਂ ਵਿਚਾਰੇ ਨੇ ਪੁੱਛੀਆਂ ਹੀ ਕੀਤੀਆਂ ਸੀ, ਦੂਸਰਿਆਂ ਵੱਡਿਆਂ ਚੌਧਰੀਆਂ ਦੇ ਸੇਵਕ ਹੀ ਰਹਿ ਕੇ ਨਿਰਵਾਹ ਕੀਤਾ ਸੀ, ਉਹ ਜਾਤਾਂ ਦੇ ਜਿਹੜੇ ਗੁਰੂ ਘਰ ਵਿੱਚ ਆ ਕੇ ਸਿੱਖ ਬਣ ਗਏ ਸਨ, ਜਿਨ੍ਹਾਂ ਨੂੰ ਜੱਟ ਗੁਰੂ ਕਹਿੰਦੇ ਨੇ, ਜੀਵਦਾਰਾ ਕਰਨ ਵਾਲਿਆਂ ਨੂੰ, ਪੈਦਾ ਕਰਨ ਵਾਲਿਆਂ ਨੂੰ, ਕੋਈ ਬਾਣੀਆਂ ਕਹਾਉਂਦਾ ਹੈ, ਕੋਈ ਕਰਾਰ ਕਹਾਉਂਦਾ ਹੈ, ਕੋਈ ਕਲਾਲ ਕਹਾਉਂਦਾ ਹੈ, ਇਸ ਤਰ੍ਹਾਂ ਕਰਕੇ ਜਿਹੜੀਆਂ ਜਾਤਾਂ ਹਨ, ਛੋਟੀਆਂ ਜਾਤਾਂ ਦੇ ਲੋਹਾਰ ਦੇ ਦਕਾਨ, ਉਹ ਭਾਵ ਲੋਕਾਂ ਦੇ ਕਾਰ ਕਰਕੇ ਬਣਾ ਬਣਾ ਕੇ ਸੁਨਿਆਰੇ ਦਾਤਰੀਆਂ ਰੰਬੇ, ਅਤੇ ਜਿਹੜੇ ਰਾਮਗੜੀਏ ਨੇ ਉਹ ਲੋਕਾਂ ਦੇ ਹਾਲ ਪੁਜਾਰੀਆਂ ਬਣਾ ਕੇ, ਔਰ ਲੋਕਾਂ ਦੇ ਮਹਿਲ ਮਾਰੀਆਂ ਬਣਾ ਕੇ, ਮਕਾਨ ਬਣਾ ਕੇ, ਇਹ ਵਿਚਾਰੇ ਸੇਵਕ ਤੌਰ ਤੇ ਉੱਤੇ ਕੰਮ ਕਰਦੇ ਨੇ, ਉਹ ਜਿਹੜੇ ਸਨ ਜਾਤਾਂ ਵਾਲੇ, ਸ਼ਿੰਗੇ ਨਾਲ ਸਿੱਖਣੇ ਜਾਂਦੇ ਨੇ, ਕਲਾਲ ਆਦਿ ਵਿੱਚੋਂ ਸ਼ਰਾਬ ਕਪੂਰ ਦਾ ਕੰਮ ਕਰਦੇ ਨੇ, ਅਤੇ ਉਹਨਾਂ ਜੋ ਆਪਣੇ ਆਪ ਨੂੰ ਦੁਨੀਆਂ ਵਾਲੇ ਨੂੰ ਨੀਚ ਸਮਝਦੇ ਨੇ ਕਿ ਅਸੀਂ ਵੱਡੀਆਂ ਜਾਤਾਂ ਅਤੇ ਛੋਟੀਆਂ ਜਾਤਾਂ ਨੇ, ਬਣਾਈਆਂ ਨੀ ਇਹਨਾਂ ਦੀਆਂ ਆਪਦੀਆਂ ਬੰਦਿਆਂ ਦੀਆਂ, ਕਿਤੇ ਹੋਰ ਨੀ ਇਹਦਾ ਪ੍ਰਸੰਗ ਹੀ ਨਹੀਂ ਆਇਆ ਕਿ ਫਲਾਨੀ ਜਾਤ ਹੈ ਬਣੀ, ਫਲਾਨੀ ਹੈ ਬਣੀ, ਜਿਵੇਂ ਬਣੀ ਉਹ ਦੱਸ ਦਿੱਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਇਹ ਕਰਕੇ ਸਭ ਨੇ ਵਿਚਾਰ ਕੀਤੀ ਇਹ ਜਿਹੜੇ ਹਨ ਬਾਰਾਂ ਜਾਤਾਂ ਸਭ ਸਨਾਤਾਂ ਦੇ ਸਿੱਖ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਭਰਤੀ ਹੋਏ ਨੇ, ਵਿੱਚੇ ਜੱਟ ਜਿਮੀਦਾਰ, ਇਹਨਾਂ ਨੂੰ ਕਿਉਂ ਨਾ ਦਈਏ ਪਾਤਸ਼ਾਹੀਆਂ, ਵਿੱਚੇ ਕੁਹਾਰ ਵਿਚਾਰੇ ਨਿਭਾੜਿਆ ਜਿਹਨਾਂ ਨੂੰ ਸਦਾ ਹੀ ਗਾਇਆ ਜਾ ਨਹੀਂ, ਇਸ ਤਰ੍ਹਾਂ ਹੀਰ ਚੌਲ ਵਗੈਰਾ ਸਾਰੇ ਜਿਤਨੇ ਨੇ, ਕੰਬੋ ਸ਼ੂਦ ਵੈਸ ਜਿਹੜੇ ਨੇ, ਇਹਨਾਂ ਦੀ ਕੋਈ ਬਾਤ ਨਹੀਂ ਹੋਈ, ਤਾਂ ਜਿਨ੍ਹਾਂ ਦੇ ਵਿਚਾਰਿਆਂ ਦੀ ਗੱਲ ਹੀ ਦੁਨੀਆਂ ਚ ਕੋਈ ਨੀ ਸੀ, ਚੋਰ ਤੇ ਨਾਈ ਦੇ ਰੋੜੇ ਸਿੱਖ ਜਿਹੜੇ ਨੇ, ਤੇ ਕੁਹਾਰ ਸਿੱਖ ਜਿਹੜੇ ਨੇ ਸਾਰੇ, ਸੈਣੀ ਵੀ ਤੇ ਸੁਨਿਆਰੇ ਵੀ ਤੇ ਚੂੜੇ ਚ ਮਾਰ ਵੀ ਸਿੱਧਰੇ ਜਾਤਾਂ ਬਣੀਆਂ ਸਾਰੀਆਂ,
ਇਹ ਕਰਕੇ ਸਾਹਿਬ ਜੀ ਦੱਸਦੇ ਨੇ ਮਾਤਾ ਬ੍ਰਾਹਮਣ ਹੁੰਦੇ ਮਗਵਾਰ, ਇਹਨਾਂ ਚ ਘੱਟ ਵੀ ਤੇ ਬ੍ਰਾਹਮਣ ਵੀ ਤੇ ਮਗਵਾਰ ਵੀ ਇੱਕ ਕੌਮ ਹੈ ਭਾਈ ਕਹਾਉਣ ਵਾਲੀ, ਉਹ ਰੂਪੀ ਹੈ ਜਿਹੜੇ ਕਰਦੇ ਨੇ, ਕਈ ਰੂਪ ਧਾਰੇ ਕਰਦੇ ਨੇ ਲੁਬਾਣੇ ਸਿੱਖ, ਇਸ ਤਰ੍ਹਾਂ ਕਰਕੇ ਰਲ ਮਿਲ ਕੇ ਸਾਰੀਆਂ ਜਾਤਾਂ ਇਹ ਸਾਡੇ ਸਿੰਘ ਬਣ ਗਏ ਨੇ, ਹੈ ਗਰੀਬ ਜਾਤਾਂ ਦੇ, ਇਹਨਾਂ ਨੂੰ ਕਿਉਂ ਨਾ ਪਾਤਸ਼ਾਹੀ ਦਈਏ, ਇਹ ਦੂਸਰਾ ਵੀ ਨੇ ਚਖਾਉਣ ਲਈ ਯਾਦ ਰੱਖਣਗੇ ਸਾਡੀ ਗੁਰਿਆਈ ਨੂੰ ਕਿ ਦਸਵਾਂ ਪਾਤਸ਼ਾਹ ਸਾਡਾ ਪਾਤਸ਼ਾਹ ਪੈਦਾ ਹੋਇਆ ਹੈ। ਇੱਥੇ ਪਟਿਆਲੇ ਵਿਚ ਵਿਦਵਾਨ ਇਕੱਠੇ ਹੋਏ ਤਾਂ ਨੈਣ ਸਿੰਘ ਕੇਸ ਸਿੰਘ ਜੀ ਜੋ ਚਾਰ ਸਾਹਿਬ